ਆਈ نو ਆਈ نو ਗੋਡਲ ਯਾ ਅਗਲਾ ਕਹਿੰਦਾ ਓਕੇ ਯੂ ਡੂ ਇਟ ਯਾ ਸਹੀ ਗੱਲ ਸਿਖਾ ਕੇ ਕੇਕ ਲੈਣਾ ਹੋਵੇ ਤੋਂ ਬੈਟਰੀ ਵਾਲੀ ਦੁਕਾਨ ਤੋਂ ਥੋੜਾ ਲਓ ਜਦ ਬੇਕਰੀ ਹੈਗੀ ਹਿੱਤ ਹੈ ਨਾ ਬੱਚੇ ਸ਼ਰਮਿੰਦੇ ਹੋਏ ਹੁੰਦੇ ਕਿ ਬੇਬੀ ਕਿਸੇ ਦਾ ਨਹੀਂ ਹੁੰਦੇ ਬੱਚੇ ਅਚਾਰੇ ਆਏ ਵੇ ਕਦੇ ਵੀ ਕਦੀ ਅਸੀਂ ਬੇਬੀ ਹੁੰਦੇ ਸੀ ਉਹਨੇ ਆਪਸੇ ਇੱਕ ਦੂਜੇ ਦੇ ਉਹ ਮਾਂ ਪੇਕ ਦੂਜੇ ਨੂੰ ਕਹਿੰਦੇ ਬੇਬੀ ਨੋ ਬੇਬੀ ਹੁਣ ਬੱਚੇ ਰੇਠਣ ਦੇ ਆਵਾ ਮੈਂ ਕੀ ਆ ਵੇਚਾ ਇਹ ਤਾਨੂੰ ਜਗਾ ਕੇ ਕੀ ਲੈਣਾ ਪਰ ਅਸੀਂ ਤੇ ਕੰਮ ਤੇ ਜਾਣਾ ਫਿਰ ਨਹੀਂ ਪੈਸੇ ਕਮਾਉਣੇ ਦੇਖੋ ਤੁਹਾਡੀ ਮਰਜ਼ੀ ਹੈ ਮੈਂ ਨਹੀਂ ਫੋਰਸ ਕਰਾਂ ਸੌਂ ਮੋ ਪਰ ਮੈਂ ਤਾਂ ਸੁੱਤੇ ਰਹوں ਪਰ ਸ਼ਨੀਵਾਰ ਟਾਈਮ ਸੇ ਜਾਗ ਪੈਣਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖਣਾ 우ਜੀਤ ਵੈਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਇੰਟਰਵਿਊ ਕਰਪਨ ਨੂੰ ਹੱਸਦੇ ਹੋਏ ਚਿਹਰੇ ਬਹੁਤ ਜ਼ਿਆਦਾ ਖੂਬਸੂਰਤ ਲੱਗਦੇ ਨੇ ਪਰ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅਗਾ ਵਧਿਆ ਅਸੀਂ ਅਕਸਰ ਹੀ ਹੱਸਣਾ ਭੁੱਲ ਜਾਂਦੇ ਹਾਂ ਫਿਰ ਜ਼ਿੰਦਗੀ ਦੇ ਉੱਪਰ ਬੋਝ ਪੈਂਦਾ ਹੈ ਸਟ੍ਰੈਸ ਹੁੰਦਾ ਹੈ ਪਰ ਟੀਵੀ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਹਾਸਰਸ ਪ੍ਰੋਗਰਾਮ ਚੱਲਦੇ ਨੇ ਉਸ ਦੇ ਨਾਲ ਜੋ ਕਾਫੀ ਸਾਨੂੰ ਮੁਰਤੋਂ ਹੱਸਣ ਦੇ ਲਈ ਉਹ ਇੱਕ ਕਿਸਮ ਦੇ ਨਾਲ ਮਜਬੂਰੀ ਕਰ ਦਿੰਦੇ ਨੇ ਤੇ ਸਾਨੂੰ ਮੁਰਤੋਂ ਹੀ ਹੱਸਣਾ ਜਿਹੜਾ ਹੈ ਜ਼ਿੰਦਗੀ ਨੂੰ ਜਿਉਣਾ ਆ ਜਾਂਦਾ ਹੈ। ਖੈਰ ਬਹੁਤ ਜ਼ਿਆਦਾ ਹੋ ਗਈਆਂ ਗਿਆਨੀਆਂ ਗੱਲਾਂ ਮੈਂ ਦੱਸਦੀਆਂ ਕਿ ਇਹ ਸਭ ਮੈਂ ਇਸ ਕਰਕੇ ਬੋਲ ਰਹੀਆਂ ਕਿਉਂਕਿ ਸਟੂਡੀਓ ਦੇ ਵਿੱਚ ਅੱਜ ਜਿਹੜੀਆਂ ਦੋ ਸ਼ਖਸ਼ੇਤਾ ਸਾਡੇ ਨਾਲ ਮੌਜੂਦ ਨੇ ਉਹ ਲੱਖਾਂ ਹੀ ਚਿਹਰਿਆਂ ਦੇ ਉੱਪਰ ਮੁਸਕਾਨ ਲੈ ਕੇ ਆਉਂਦੇ ਨੇ। ਮੈਂ ਗੱਲਬਾਤ ਕਰ ਰਹੀਆਂ ਗੁਰਪ੍ਰੀਤ ਗੁੱਗੀ ਜੀ ਤੇ ਖੁਸ਼ਬੂ ਗਰੇਵਾਲ ਜੀ। ਬਹੁਤ ਬਹੁਤ ਸੌਰੀ। ਥੈਂਕ ਯੂ ਰਿਆਂ ਦੇ ਸਮਾਈ ਲਿਆਨੇ ਉਹਨਾਂ ਦੱਸਿਆ ਕਰੋੜਾ ਤੇ ਲਿਆਉਂਦੇ ਨਹੀਂ ਫੈਨ ਫਾਲੋਇੰਗ ਤਾਂ ਬਹੁਤ ਜ਼ਿਆਦਾ ਹੈ ਥੋੜਾ ਜਿ ਤੁਸੀਂ ਲੈ ਕੇ ਆਉਂਦੇ ਹੋ ਮੈਂ ਤਾਂ ਬਸ ਤੁਹਾਡੇ ਨਾਲ ਖੜੀ ਹੋ ਜਾਂਦੀ ਉਹ ਹੀ ਬਹੁਤ ਹੈ ਅੱਛਾ ਗੱਲਬਾਤ ਕਰਦਿਆਂ ਜਿਹੜਾ ਅੱਜ ਸਾਡਾ ਇੰਟਰਵਿਊ ਦਾ ਵਿਸ਼ਾ ਹੈ ਕਿਉਂਕਿ ਜੀ ਪੰਜਾਬੀ ਦੇ ਉੱਪਰ ਤੁਹਾਡਾ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹਸਦਿਆਂ ਦੇ ਘਰ ਵਾਸਤੇ ਠੀਕ ਹੈ ਸਭ ਤੋਂ ਪਹਿਲਾਂ ਉਸ ਦੀ ਕਿਉਂਕਿ ਪ੍ਰੋਮੋ ਸੀ ਉਸ ਦੇ ਦੇਖੇ ਨੇ ਪ੍ਰੋਗਰਾਮ ਅਜੇ ਪ੍ਰਸਾਰਿਤ ਹੋਣਾ ਹੈ ਪ੍ਰੋਮੋਜ਼ ਹੀ ਬਹੁਤ ਜ਼ਿਆਦਾ ਬਾ ਕਮਾਲ ਨੇ ਸਭ ਤੋਂ ਪਹਿਲਾਂ ਉਹਨਾਂ ਪ੍ਰੋਮੋਜ਼ ਤੋਂ ਹੀ ਅੰਦਾਜ਼ਾ ਤਾਂ ਸੀ ਲਗਾ ਲਿਆ ਪਰ ਪ੍ਰੋਗਰਾਮ ਦਾ ਕਨਸੈਪ ਦੇਖੋ ਹੱਸਦਿਆਂ ਦੇ ਘਰ ਵਸਦੇ ਟਾਈਟਲ ਤੋਂ ਹੀ ਪਤਾ ਲੱਗ ਜਾਂਦਾ ਕਿ ਘਰ ਤਾਂ ਉਹਨਾਂ ਦੇ ਵਸਣਗੇ ਜਿਨ੍ਹਾਂ ਨੂੰ ਖੁਸ਼ ਰਹਿਣਾ ਹੁੰਦਾ ਕੱਲਾ ਹੱਸਣਾ ਹੀ ਨਹੀਂ ਹੁੰਦਾ ਕਿ ਠਾਕੇ ਮਾਰ ਕੇ ਹੱਸਣਾ ਜੀ ਖੁਸ਼ ਰਹਿਣਾ ਹਮ ਸਹੀ ਗੱਲ ਸੋ ਜ਼ਿੰਦਗੀ ਜਿਹਨੂੰ ਹੱਸਣਾ ਜਾਂ ਖੁਸ਼ ਰਹਿਣਾ ਨਹੀਂ ਆਇਆ ਨਾ ਉਹ ਤੇ ਐਵੇਂ ਜ਼ਿੰਦਗੀ ਨੂੰ ਬਦਨਾਮ ਕਰਨੀ ਆਇਆ ਕਿ ਜ਼ਿੰਦਗੀ ਬੜੀ ਮਾੜੀ ਚੀਜ਼ ਹੁੰਦੀ ਹੈ ਹੈਨਾ ਜ਼ਿੰਦਗੀ ਅਸਲ ਚ ਬੜੀ ਖੂਬਸੂਰਤ ਚੀਜ਼ ਹੈ ਉਤਰਾ ਚੜਾ ਆਉਂਦੇ ਨੇ ਚੰਗਾ ਮਾੜਾ ਸਾਰਾ ਕੁਝ ਸਾਡੇ ਨਾਲ ਹੀ ਹੁੰਣਾ ਪਰ ਲੋਕਾਂ ਨੂੰ ਹੱਸ ਕੇ ਜਿਉਣਾ ਨਹੀਂ ਆਇਆ ਜੀ ਸੋ ਹਸਦਿਆਂ ਦੇ ਘਰ ਵਸਦੇ ਦੀ ਗੱਲ ਇਹ ਹੀ ਹੈ ਜੀ ਕਿ ਇਹ ਜਿੱਥੇ ਤਾਂ ਤੁਹਾਨੂੰ ਸਿਰਫ ਹਸਾਉਂਦਾ ਹੈ ਉੱਥੇ ਤੁਹਾਨੂੰ ਅੰਦਰੋਂ ਇੱਕ ਲਾਈਵਲੀ ਰਹਿਣ ਦੀ ਫਿਤਰਤ ਵੀ ਪੈਦਾ ਕਰਦਾ ਤੁਹਾਡੇ ਅੰਦਰ ਸਾਡਾ ਇਹ ਸ਼ੋ ਜਿਹੜਾ ਇਹ ਬੜੇ ਸਾਲਾਂ ਬਾਅਦ ਹੋਏਗਾ ਕਿ ਫੇਰ ਪੰਜਾਬੀ ਇਸੇ ਟੀਵੀ ਦੇ ਉੱਤੇ ਪੰਜਾਬੀ ਚੈਨਲ ਦੇ ਉੱਤੇ ਜੀ ਸਾਰੀਆਂ ਫੈਮਲੀਆਂ ਇਕੱਠੀਆਂ ਰਲ ਕੇ ਬੈਠਣਗੀਆਂ ਪੰਜਾਬੀ ਹੈਲਥੀ ਐਂਟਰਟੇਨਮੈਂਟ ਦੇਖਣਗੀਆਂ ਪਿਛਲੇ ਕਈ ਸਾਲਾਂ ਤੋਂ ਲੋਕ ਸਿਰਫ ਗਾਣੇ ਢੋਈ ਜਾਂਦੇ ਬਿਨਾਂ ਵਿਚਾਰੇ ਆਪਣੇ ਜੀ ਬਿਲਕੁਲ ਸਿਰਫ ਗੀਤਾਂ ਨੂੰ ਢੋਈ ਜਾ ਰਿਹਾ ਆਪਣੇ ਉੱਤੇ ਹਾਂ ਕਿਉਂਕਿ ਬਹੁਤ ਬੜੀ ਅੱਛੀ ਚੀਜ਼ ਹੈ ਗੀਤ ਸੋਹਣੇ ਹੁੰਦੇ ਨੇ ਵਧੀਆ ਹੁੰਦੇ ਨੇ ਪਰ ਕੱਲੇ ਗੀਤ ਹੀ ਕਿਉਂ ਫਿਰ ਸਾਡਾ ਤਾਂ ਸੱਭਿਆਚਾਰ ਤਾਂ ਬਹੁਤ ਵੱਡਾ ਹੈ ਹੱਸਣਾ ਖੇਡਣਾ ਵੀ ਉਹਦਾ ਇੱਕ ਅੰਗ ਹੈ ਸੋ ਇਹ ਟੀਵੀ ਤੋਂ ਕਿੰਨਾ ਕਿਤੇ ਮਿਸਿੰਗ ਸੀ ਸੋ ਇੱਕ ਤਾਂ ਉਸ ਖੱਪੇ ਨੂੰ ਜਿਹੜਾ ਭਰੇਗਾ ਸਾਡਾ ਸ਼ੋ ਹੱਸਦਿਆਂ ਦੇ ਘਰ ਵਸਦੇ ਔਰ ਇੱਕ ਨੋਵਲਟੀ ਇਹ ਹੈ ਦੀ ਕਿ ਪਹਿਲੀ ਵਾਰ ਹੈ ਕਿ ਐਂਡੇਮੋਲ ਵਰਗੀ ਵੱਡੀ ਕੰਪਨੀ ਨੇ ਪੰਜਾਬੀ ਸ਼ੋ ਪ੍ਰੋਡਿਊਸ ਕੀਤਾ ਜੀ ਔਰ ਤੀਸਰੀ ਗੱਲ ਹੈ ਕਿ ਐਡਾ ਵੱਡਾ ਸੈੱਟ ਜਿਹੜਾ ਕਦੇ ਲੋਕਾਂ ਨੇ ਪੰਜਾਬੀ ਆਡੀਅנס ਨੇ ਦੇਖਿਆ ਨਹੀਂ ਹੋਣਾ ਕਿ ਪੰਜਾਬੀ ਸ਼ੋ ਵੀ ਇਦਾਂ ਦੇ ਵੱਡੇ ਹਿਊਜ ਸੈੱਟ ਤੇ ਹੋ ਸਕਦਾ ਜਿਹਦੇ ਸੁਰੇਂਦਰ ਤਬਲਾ ਲੈ ਕੇ ਆਪਣੀ ਪੂਰੀ ਟੀਮ ਨਾਲ ਮੱਠਾ ਜਿੱਦਾਂ ਤੁਸੀਂ ਹਿੰਦੀ ਸ਼ੋਜ਼ ਦੇ ਵਿੱਚ ਦੇਖਦੇ ਹੋ ਸੋ ਇਹਦੇ ਜਿਹੜੇ ਬਿジネス ਹੈ ਇਹਦਾ ਜਿਹੜਾ ਗ੍ਰੋਇੰਗਰ ਹੈ ਔਰ ਇਹਦਾ ਜੋ ਕੰਟੈਂਟ ਹੈ ਉਹਨੂੰ ਤੁਸੀਂ ਪਰਿਵਾਰਾਂ ਨਾਲ ਬਹਿ ਕੇ ਇੰਜੋਏ ਕਰਨਾ ਔਰ ਸ਼ੋਅ ਦੇਖਣ ਤੋਂ ਬਾਅਦ ਤੁਸੀਂ ਆਪ ਵੀ ਕਹਿਣਾ ਕਿ ਹੱਸਦਿਆਂ ਦੇ ਘਰ ਵੱਸਦੇ ਜੀ ਅੱਛਾ ਖੁਸ਼ਭੂ ਇਹਦੇ ਵਿੱਚ ਤੁਸੀਂ ਕੈਰੈਕਟਰ ਪਲੇ ਕਰ ਰਹੇ ਹੋ ਗੁਰਪ੍ਰੀਤ ਕੁੱਗੀ ਦੇ ਵਾਈਫ ਦਾ ਕਿਉਂਕਿ ਹਾਂ ਕਿਉਂਕਿ ਹਮੇਸ਼ਾ ਤੋਂ ਬਹੁਤ ਤੁਸੀਂ ਇਕੱਠੇ ਜਿਹੜਾ ਇਹ ਕਿਰਦਾਰ ਨਿਭਾਇਆ ਤੇ ਥੋੜਾ ਜਿਹਾ ਹੋਰ ਉਸ ਦੇ ਬਾਰੇ ਜਾਣਕਾਰੀ ਦਿਓ ਕਿਉਂਕਿ ਪ੍ਰੋਮੋ ਤੋਂ ਥੋੜਾ ਥੋੜਾ ਅੰਦਾਜ਼ਾ ਲੱਗਦਾ ਜਦੋਂ ਸੀ ਪਹਿਲੀ ਫਿਲਮ ਕੀਤੀ ਸੀ ਮੁੰਡੇ ਯੂਕੇ ਦੇ ਉਸ ਤੋਂ ਬਾਅਦ ਹੀ ਸਾਰਿਆਂ ਨੇ ਮੈਨੂੰ ਕੁੱਗੀ ਜੀ ਦੀ ਪਾਰਟਨਰ ਇਨ ਕਰਾਇਮ ਬਣ ਲਿਆ ਹਲੇ ਤੱਕ ਵੀ ਜਦਕਿ ਉਸ ਤੋਂ ਬਾਅਦ ਕੈਰੀ ਆਨ ਵੀ ਕੀਤੀ ਐ ਸੀ ਪਾਜੀ ਨੇ ਪਾਜੀ ਨੇ ਪ੍ਰੋਬਲਮ ਕੀਤੀ ਪਰ ਹੁਣ ਵੀ ਜਦ ਅੱਗੇ ਮੁੰਡੇ ਉਕੇ ਤੇ ਮੈਂ ਪਿੰਨੂ ਢਿੱਲਣ ਦੇ ਆਫਿਸ ਰਹੀ ਲੋਕਾਂ ਨੇ ਬਿਲਕੁਲ ਮੈਨੂੰ ਆਕੇ ਕਿ ਤੁਸੀਂ ਕਿਵੇਂ ਘੁੱਗੀ ਦੀ ਹੁੰਦੇ ਕਿਸੇ ਔਰ ਦੇ ਜਿੱਦਾਂ ਮੈਂ ਨਾ ਚੀਟਿੰਗ ਕਰਤੀ ਘੁੱਗੀ ਦੀ ਮੈਨੂੰ ਲੱਗਿਆ ਕਿ ਮੈਨੂੰ ਮੈਂ ਆਪ ਸੈਲਫ ਡਾਊਟ ਕਰਨ ਲੱਗ ਪਈ ਕਿ ਮੈਂ ਚੀਟਸ ਤਾਂ ਨਹੀਂ ਕਰਤਾ ਇੱਕ ਵਾਰੀ ਤਿੰਨ ਚਾਰ ਦਿਨ ਦਾ ਸ਼ੂਟਿੰਗ ਤੇ ਮੈਂ ਨਹੀਂ ਡਾਈਜੈਸਟ ਕੀਤਾ ਇਸ ਗੱਲ ਨੂੰ ਇਹ ਤਾਂ ਧੱਕਾ ਕਰਦਾ ਮੰਨ ਜੀ ਉਹ ਬੋਲ ਕੇ ਬਿਲਕੁਲ ਆ ਰੁੰਦੀ ਸੀ ਉਹ ਕਹਿੰਦੇ ਮੰਨ ਜੀ ਇੱਥੇ ਨਹੀਂ ਉੱਥੇ ਜਾਣਾ ਕਹਿੰਦੇ ਉਹ ਮੈਨੂੰ ਆਦਤ ਵੀ ਹੋਈ ਹੈ ਇੱਥੇ ਜਾਣ ਦੀ ਸੋ ਆਈ ਥਿੰਕ ਉਹ ਸਾਡਾ ਜ ਐਜ਼ ਅ ਹਸਬੰਡ ਐਂਡ ਵਾਈਫ ਇੰਨਾ ਜ਼ਿਆਦਾ ਪਸੰਦ ਕੀਤਾ ਹੈ ਕਿ ਅੱਜ ਵੀ ਲੋਕੀ ਕਿੰਨੀ ਵਾਰੀ ਜਦ ਨਾ ਨਹੀਂ ਰਿਕਾਲ ਕਰ ਪਾਉਂਦੇ ਉਹ ਤੁਸੀਂ ਕੁਗੀ ਜੀ ਦੇ ਨਾਲ ਆਉਂਦੇ ਹੋ ਬਸ ਬਸ ਮਤਲਬ ਉਹਨਾਂ ਦੇ ਲਈ ਹੈ ਕਿ ਕੁਗੀ ਜੀ ਦੇ ਪਾਰਟਨਰ ਸੋ ਆਈ ਥਿੰਕ ਪਾਰਟਨਰ ਇਨ ਫਿਲਮਸ ਲੋਕਾਂ ਨੇ ਦੇਖ ਲਿਆ ਹੁਣ ਪਾਰਟਨਰ ਇਨ ਟੈਲੀਵਿਜ਼ਨ ਰਾਜੀਵ ਟਿੰਗਰਾ ਜੀ ਦਾ ਮੈਨੂੰ ਫੋਨ ਆਇਆ ਜਿਹੜੇ ਸਾਡੇ ਕ੍ਰੀਏਟਿਵ ਡਾਇਰੈਕਟਰ ਹੈਗੇ ਸ਼ੋਅ ਦੇ ਉਹਨਾਂ ਨੇ ਜਦ ਮੈਨੂੰ ਸ਼ੋਅ ਦਾ ਕਨਸੈਪਟ ਦੱਸਿਆ ਤਦ ਤੱਕ ਮੈਂ ਮੇਰਾ 50% ਸੀ ਹਾਂ ਨਾ ਟਾਈਪਸ ਫਿਰ ਉਹਨੇ ਕਿਹਾ ਕਿ ਤੁਸੀਂ ਕੁਗੀ ਜੀ ਦੇ ਨਾਲ ਹੋਵੋਗੇ ਬਸ ਫਿਰ ਉੱਥੇ ਮੇਰੀ 100% ਟਿਕ ਹੋ ਗਈ। ਮੈਂ ਕਿਹਾ ਚਲੋ ਜੇ ਕੁਗੀ ਜੀ ਦੇ ਨਾਲ ਪਾਰਟਨਰ ਇਨ ਕ੍ਰਾਈਮ ਬੰਨਣਾ ਹੈ ਟੀਵੀ ਤੇ। ਤਾਂ ਉਸ ਤੋਂ ਬੈਟਰ ਓਪਰਚੁਨਿਟੀ ਤਾਂ ਮਿਲ ਨਹੀਂ ਸਕਦੀ। ਤਾਂ ਹਾਸਿਆ ਦੇ ਕਿੰਗ ਹੈਗੇ। ਜੀ ਤੇ ਜੇ ਬਹੁਤ ਘੱਟ ਇਹੋ ਜਿਹੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਵੈਗਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਕਿ ਜਿਹੜੇ ਜਾ ਕੇ ਹਾਸੇ ਫਹਲਾਉਂਦੇ ਆ ਲੋਕਾਂ ਨੂੰ ਖੁਸ਼ੀਆਂ ਦਿੰਦੇ ਆ। ਸਟ੍ਰੈਸ ਦੇਣ ਵਾਲੇ ਬੌਸ ਹੁੰਦੇ ਆ, ਟੀਚਰ, ਪ੍ਰਿੰਸੀਪਲ, ਸਟ੍ਰੈਸ ਦੇਣ ਵਾਲੇ ਦੁਨੀਆਂ 'ਚ ਬਹੁਤ ਹੁੰਦੇ ਆ ਮਮੀ ਪਾਪਾ ਚਲੋ ਪੜੋ ਸਟ੍ਰੈਸ ਤਾਂ ਮਮੀ ਪਾਪਾ ਅਸਲੇ ਦੇਖਦੇ ਹੋਏ ਫਿਰ ਉਹ ਦੇਖਦੇ ਪਏ ਨੇ ਇ ਤਾਂ ਉਹਨਾਂ ਨੇ ਮੈਨੂੰ ਬਿਲਕੁਲ ਨਹੀਂ ਦਿੱਤਾ ਸੋ ਆਈ ਥਿੰਕ ਜਿੱਤੇ ਕਈ ਲੋਕਾਂ ਦਾ ਨੇਚਰ ਵੀ ਉਹ ਹੋ ਜਾਂਦਾ ਕੁਝ ਵੀ ਭਾਵੇਂ ਗਲਤ ਨਾ ਹੋ ਰਿਹਾ ਅਰੇ ਯਾਰ ਉਹ ਮੇਰਾ ਪੈਰ ਹੈ ਉਹ ਮੇਰੀ ਜੁੱਤੀ ਉਹ ਮੇਰਾ ਕੰਮ ਉਹ ਧੁੱਪ ਬੜੀ ਮਤਲਬ ਹਰ ਚੀਜ਼ ਤੇ 네ਗੈਟਿਵਿਟੀ ਤੇ ਆਈ ਥਿੰਕ ਜਿਹੜੇ ਇਹੋ ਜਿਹੇ ਲੋਕ ਹੁੰਦੇ ਨੇ ਨਾ ਕੁਗੀ ਪਾਜੀ ਵਰਗੇ ਜਿਨ੍ਹਾਂ ਦੇ ਉੱਤੇ ਉਹ ਬਖਸ਼ਿਸ਼ ਹੈ ਕਿ ਜਿੱਥੇ ਜਾਣਗੇ ਉਹ ਹਾਸੇ ਹੀ ਫੈਲਾਣਗੇ ਲੋਕਾਂ ਨੂੰ ਕੰਫਰਟੇਬਲ ਕਰ ਦੇਣਗੇ ਆਪਣੀ ਵਾਰਮਥ ਨਾਲ ਜਨਰਲਨੈਸ ਨਾਲ ਤੇ ਮੈਨੂੰ ਮੈਨੂੰ ਲੱਗਿਆ ਕਿ ਇਸ ਤੋਂ ਬੈਟਰ ਓਪਰਚੁਨਿਟੀ ਮਿਲ ਨਹੀਂ ਸਕਦੀ ਤਾਂ ਜਦ ਵੀ ਮੈਂ ਇਹਨਾਂ ਦੇ ਨਾਲ ਹੁੰਦੀ ਮੈਨੂੰ ਸਿੱਖਣ ਨੂੰ ਇੰਨਾ ਕੁਝ ਮਿਲਦਾ ਹਮ ਹਮ ਇਹਨਾਂ ਨੂੰ ਜਿਹੜੀ ਨੌਲੇਜ ਹੈ ਪੰਜਾਬੀ ਕਲਚਰ ਪੰਜਾਬੀ ਪੰਜਾਬੀ ਪਾਸ਼ਾ ਦੀ ਐਂਟਰਟੇਨਮੈਂਟ ਮਿਊਜ਼ਿਕ ਉਹ ਤਾਂ ਆਪਣੀ ਤਬਦੀਲੀ ਤੋਂ ਯਾਦ ਹੋਣਾ ਮੈਨੂੰ ਮੇਰੀ ਪਿਛਲੀ ਵਾਰ ਦੀ ਤਬਦੀਲੀ ਯਾਦ ਆ ਜਾਂਦੀ ਹੈ so about everything he has so much knowledge ke naal naal bas baith ke galla karna hi ਮੈਂ ਕਿਹਾ ਮੈਂ ਤਾਂ ਵਧੀਆ ਮੈਂ ਤਾਂ ਮੈਨੂੰ ਤਾਂ ਸਿੱਖਣ ਦੇ ਪੈਸੇ ਮਿਲ ਰਹੇ ਮੈਂ ਤਾਂ ਕੁਕਿੰਗ ਨਾਲ ਆ ਕੇ ਸੈਟ ਤੇ 12 ਘੰਟੇ ਤਾਂ ਕਿੰਨੀਆਂ ਸੀ ਵਾਲੀ ਸਾਰੀਆਂ ਚੀਜ਼ਾਂ ਦਾ ਸੈਲਫਿਸ਼ ਹੋ ਗਈ ਮੈਂ ਕਿਹਾ ਮੈਂ ਤਾਂ ਬਹੁਤ ਕੁਝ ਸਿੱਖ ਕੇ ਚੱਲੇ ਜਾਣਾ ਇਹ ਤਾਂ ਇੰਨੇ ਇੰਨੇ ਸੈਲਫਿਸ਼ ਹੋ ਗਏ ਹਰ ਸੈਟ ਹਰ ਸ਼ੋਅ ਦੇ ਵਿੱਚ 25 25 30 30 ਸੈਲਫੀਆਂ ਕਰਦੇ ਨੇ ਸੈਲਫਿਸ਼ ਹੋ ਗਿਆ ਹੋ ਬਹੁਤ ਸੈਲਫਿਸ਼ ਹੋ ਗਿਆ ਅੱਛਾ ਮਤਲਬ ਕਿ ਤਬਦੀਲੀ ਵਾਲੇ ਹੁਣ ਮੈਂ ਬਿਲਕੁਲ ਉਸ ਜਿਹੜਾ ਸ਼ਬਦ ਦਾ ਉਸ ਅਲਫਾਜ਼ ਦਾ ਇਸਤੇਮਾਲ ਕਰਨਾ ਹੀ ਨਹੀਂ ਪੂਰੇ ਇੰਟਰਵਿਊ ਦੇ ਵਿੱਚ ਅੱਛਾ ਮਤਲਬ ਜਿਸ ਤਰ੍ਹਾਂ ਗੱਲ ਕੀਤੀ ਨਾ ਕਿ ਸਮੇਂ ਦੀ ਬਹੁਤ ਜ਼ਿਆਦਾ ਮੰਗ ਸੀ ਕਿ ਇਸ ਤਰ੍ਹਾਂ ਦਾ ਕੋਈ ਸ਼ੋਅ ਜਾਂ ਇਸ ਤਰ੍ਹਾਂ ਦਾ ਕੋਈ ਕਨਸੈਪਟ ਪੰਜਾਬੀ ਇੰਡਸਟਰੀ 'ਚ ਹੋਣਾ ਚਾਹੀਦਾ ਕਿਉਂਕਿ ਫਿਲਮਾਂ ਬਣਦੀਆਂ ਨੇ ਗਾਣੇ ਬਣਦੇ ਨੇ ਪਰ ਟੀਵੀ ਸੀਰੀਅਲਸ ਜਾਂ ਫਿਰ ਇਸ ਤਰ੍ਹਾਂ ਦੇ ਪ੍ਰੋਗਰਾਮੀਆਂ ਦੇ ਕਿੰਨਾ ਕੁ ਜ਼ਿਆਦਾ ਚੈਲਿੰਜਿੰਗ ਸੀ ਕਿਉਂਕਿ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੰਡਸਟਰੀ ਦੇ ਵਿੱਚ ਬਿਲਕੁਲ ਮੇਰੇ ਲਈ ਜ਼ਰੂ ਦੇ ਕਈ ਸਾਲਾਂ ਤੋਂ ਕੰਮ ਨਹੀਂ ਕਰ ਰਿਹਾ ਜੀ ਔਰ ਅਸੀਂ ਜਦੋਂ ਕਲਾਕਾਰ ਫਿਲਮ ਦੇ ਕਲਾਕਾਰ ਹੁੰਦੇ ਆ ਨਾ ਜੀ ਜੀ ਸਾਡਾ ਇੱਕ ਬੜਾ ਸੌਖਾ ਜਿਹਾ ਕੰਮ ਹੁੰਦਾ ਕਿ ਅੱਜ ਇੱਕ ਸੀਨ ਹੀ ਕਰਨਾ ਹੂੰ ਉਹਦੇ ਚੀ ਅੱਠ ਆਰਟਿਸਟ ਹੈਗੇ ਨੇ ਜਾਂ 4 3 ਹੈਗੇ ਨੇ ਸਕ੍ਰਿਪਟ ਮਿਲ ਗਈ ਆਪਣਾ ਆਪਣਾ ਰੋਲ ਪੜਿਆ ਤਦਾਂ ਉਹ ਜਿਹੜੇ ਵੈਨਿਟੀਜ਼ ਤੋਂ ਤੁਹਾਡੀਆਂ ਲਾਈਨਸ ਆਈਆਂ ਤੁਹਾਨੂੰ ਬੁਲਾ ਲਿਆ ਸਰ ਸ਼ਾਰਟ ਰੈਡੀ ਹੈ ਚਲੇ ਗਏ ਆਪਣਾ ਸ਼ਾਰਟ ਦਿੱਤਾ ਫਿਰ ਵੈਨਿਟੀ ਚ ਜਾ ਕੇ ਬੈਠ ਗਏ ਕੋਈ ਲੰਮੇ ਪੈ ਗਿਆ ਕੋਈ ਖਾਣ ਪੀਣ ਲੱਗ ਗਿਆ ਟੈਲੀਵਿਜ਼ਨ ਤੁਹਾਡੀ ਜਾਨ ਕੱਢ ਦਿੰਦਾ ਇੱਕ ਘੰਟੇ ਦਾ ਸ਼ੋਅ ਤੁਸੀਂ ਕੈਰੀ ਕਰਨਾ ਹੈ ਔਰ ਤੁਸੀਂ ਸਵੇਰ ਤੋਂ ਲੈ ਕੇ ਰਾਤ ਦੇ 2:30 ਵਜੇ ਤੁਹਾਨੂੰ ਪਤਾ ਹੀ ਨਹੀਂ ਔਰ ਤੁਸੀਂ ਲੇਬਰ ਵਾਂਗੂ ਕੰਮ ਕਰ ਰਹੇ ਹੋ ਉਹ ਬਹੁਤ ਟਫ ਹੈ ਔਰ ਚੈਲੈਂਜਿੰਗ ਵੀ ਹੈ ਐਟ ਦ ਸੇਮ ਟਾਈਮ ਦੂਸਰਾ ਚੈਲੰਜ ਕੀ ਹੈ ਕਿ ਫਿਲਮ ਦੇ ਵਿੱਚ ਤੁਹਾਡੀ ਜ਼ਿੰਮੇਵਾਰੀ ਤੁਹਾਡੇ ਕਰੈਕਟਰ ਦੀ ਹੈ। ਜੀ। ਬਾਕੀ ਐਕਟਰਸ ਨੇ ਆਪਣਾ ਆਪਣਾ ਕੰਮ ਸੰਭਾਲਣਾ ਹੈ। ਹਮਮ। ਔਰ ਬਾਕੀ ਜ਼ਿੰਮੇਵਾਰੀ ਡਾਇਰੈਕਟਰ ਦੀ ਹੈ, ਸਕ੍ਰਿਪਟ ਰਾਈਟਰ ਦੀ ਹੈ ਹਨਾ ਫਿਲਮ ਤਾਂ ਬਣਦੀ ਹੈ। ਹਮਮ। ਇੱਥੇ ਕਿਉਂਕਿ ਤੁਸੀਂ ਸ਼ੋਅ ਦੇ ਹੋਸਟ ਹੋ। ਜੀ। ਲੋਕਾਂ ਨੂੰ ਬਾਕੀ ਸਭ ਕੁਝ ਭੁੱਲ ਜਾਣਾ ਹੈ, ਜ਼ਿੰਮੇਵਾਰੀ ਤੁਹਾਡੀ ਹੈ। ਸਹੀ ਗੱਲ। ਉਹ ਸਾਰਾ ਕੁਝ ਵਧੀਆ ਹੋਵੇ ਤੁਹਾਡੀ ਉਹ ਬਹੁਤ ਵੱਡੀ ਗੱਲ ਹੈ। ਇਟਸ ਅ ਕੈਪਟਨ ਆਫ ਦ ਸ਼ਿਪ। ਜੀ। ਨਹੀਂ ਨਹੀਂ। ਉਹ ਤੁਹਾਡੀ ਬਹੁਤ ਆਰ। ਨਹੀਂ ਨਹੀਂ ਪਰ ਨਹੀਂ ਇਹਨਾਂ ਦੀ ਜਿਹੜੀ ਗਾਈਡੈਂਸ ਔਰ ਐਕਸਪੀਰੀਅੰਸ ਹੈਗਾ। ਉਹ ਅਨਪੈਰਲਡ ਹੈ ਕਿਉਂਕਿ ਸਭ ਤੋਂ ਇਹਨਾਂ ਨੇ 20 ਸਾਲ ਪਹਿਲਾਂ ਆਪਣਾ ਪਹਿਲਾ ਕਾਮੇਡੀ ਸ਼ੋਅ ਕੀਤਾ ਸੀ ਜੀ ਟੀਵੀ ਤੇ ਤੇ ਹੁਣ 20 ਸਾਲ ਦੇ ਬਾਅਦ ਦੁਬਾਰਾ ਆ ਰਹੇ ਨੇ ਤਾਂ ਕਿਉਂਕਿ ਸ਼ੁਰੂਆਤ ਵੀ ਟੀਵੀ ਤੋਂ ਹੋਈ ਪਰ ਸ਼ੁਰੂਆਤ ਤਾਂ ਮੇਰੀ ਉਸ ਤੋਂ ਹੋਈ ਹੋਈ ਪਰ ਮੈਂ ਜਿੱਦਾਂ ਸੇਮ ਚੈਨਲ ਦੇ ਨਾਲ ਅੱਜ ਤੋਂ 20 ਸਾਲ ਪਹਿਲਾਂ ਵੀ ਸੇਮ ਤਰ੍ਹਾਂ ਦਾ ਸ਼ੋਅ ਕੀਤਾ ਸੀ ਪਰ ਉਹ ਗਰੀਬੀ ਦਾਵੇ ਵਾਲੇ ਸ਼ੋਅ ਹੁੰਦੇ ਸੀ ਵੈਸੇ ਨਹੀਂ ਹੁੰਦੇ ਕੋਈ ਐਕਸਪ੍ਰੈਸ ਕਰਦਾ ਹੁੰਦਾ ਸੀ ਮੈਂ ਆਲਮੋਸਟ ਇਦਾਂ ਦਾ ਸੀ ਪਰ ਉਹ ਫਿਰ ਜਿੱਦਾਂ ਅ ਗਰੀਬੀ ਦਾ ਵੀ ਲੈ ਮੈਂ ਜਿੱਦਾਂ ਪਰ ਕਹਿੰਦਾ ਕਿ ਮਿਹਨਤ ਕਰਨ ਦੇ ਮਤਲਬ ਮਿਹਨਤ ਕਰੀ ਜਾਵੇ ਬੰਦਾ ਫਿਰ ਅੱਗੇ ਵਧਣ ਦਾ ਨਾ ਸੋਚੇ ਕਿਉਂਕਿ ਸਫਲਤਾ ਤਾਂ ਆਪਣੇ ਆਪ ਮਿਲ ਜਾਂਦੀ ਹੈ ਤੇ ਅੱਜ ਜਿਹੜੀ ਸਫਲਤਾ ਮਿਲਿਆ ਸਫਲਤਾ ਵਿੱਚ ਤੁਸੀਂ ਮਿਹਨਤ ਕਰਕੇ ਤੁਰੇ ਜਾ ਬਾਕੀ ਸਫਲਤਾ ਵੀ ਤੁਰ ਕੇ ਥੋੜੀ ਅੱਗੇ ਆ ਜਾਂਦੀ ਹੈ ਜੀ ਜਿਵੇਂ ਅਸੀਂ ਬੈਠੇ ਰਹੀਏ ਸਫਲਤਾ ਆਊਗੀ ਆਊਗੀ ਘਰੇ ਬੈਠੇ ਰਹੀਏ ਉਹ ਫਿਰ ਆਂਦੇ ਆਂਦੇ ਨੂੰ ਕੋਈ ਹੋਰ ਰਸਤਾ ਮਿਲ ਜਾਂਦਾ ਕਹਿੰਦੇ ਤੂੰ ਬੈਠਾ ਰਹਿ ਮੈਂ ਉਧਰ ਜਾਂਦਾ ਅੱਛਾ ਖੁਸ਼ਪੂ ਇਦਾਂ ਤਾਂ ਨਹੀਂ ਹੁੰਦਾ ਸੀ ਕਿ ਲਾਈਕ ਜਿੱਦਾਂ ਹੁਣ ਗੁਰਪ੍ਰੀਤ ਖੋਗੀ ਜੀ ਦਾ ਥੋੜਾ ਹੈ ਕਿ ਮਜ਼ਾਕ ਕਰਦੇ ਰਹਿੰ ਮਜ਼ਾਕ ਕੀ ਕਰਦੇ ਨਹੀਂ ਸਾਡੇ ਸਾਈਡ ਤੇ ਸੀਰੀਅਸ ਹੋਣ ਵਾਲੇ ਕੋਈ ਕੰਮ ਹੀ ਨਹੀਂ ਹੈ ਕਿਸੇ ਦਾ ਕੰਮ ਨਹੀਂ ਹੈ ਸੀਰੀਅਸ ਹੋਣ ਵਾਲਾ ਜਿਹੜਾ ਡਾਇਰੈਕਟਰ ਹੈ ਨਾ ਉਹ ਵੀ ਮੇਰੇ ਤੋਂ ਜੂਨੀਅਰ ਹੈ ਹਾਂ ਪਰ ਮੈਂ ਹੀ ਕਹਿਣਾ ਹੁੰਦਾ ਜੋ ਕਹਿਣਾ ਹੁੰਦਾ ਹਾਂ ਤੇ ਮੈਂ ਜਦੋਂ ਮੇਰਾ ਦਿਲ ਕਰੇ ਕਿ ਮੈਂ ਉਦੋਂ ਕਹਿਣਾ ਸੀਰੀਅਸ ਹੋ ਜਾਓ ਯਾਰ ਹੁਣ ਸਾਡਾ ਨਹੀਂ ਪਰ ਦੇਖੋ ਜਿਹੜਾ ਕੰਮ ਹੈ ਸਾਰਾ ਇੱਕ ਤਾਂ ਸ਼ੋ ਦਾ ਕਨਸੈਪਟ ਹੈ ਕਾਮੇਡੀ ਜੀ ਰਾਈਟਰ ਕਾਮੇਡੀ ਡਾਇਰੈਕਟਰ ਕਾਮੇਡੀ ਐਂਕਰ ਕਾਮੇਡੀ ਮੈਂ ਸਾਈ ਆਈ ਥਿੰਕ ਸਭ ਤੋਂ ਸੀਰੀਅਸ ਬੰਦੀ ਹੈ ਗਿਆ ਪੂਰੇ ਸ਼ੋਅ ਚ ਨਹੀਂ ਨਹੀਂ ਕਾਮੇਡੀ ਕਾਮਿਕ ਟਾਈਮਿੰਗ ਖੁਸ਼ਬੂ ਦੀ ਵੀ ਬੰਨੀ ਹੋਈ ਕਿਉਂਕਿ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਜਿੰਨੀਆਂ ਵੀ ਫਿਲਮਾਂ ਕੀਤੀਆਂ ਕਈ ਵਾਰੀ ਮੇਰਾ ਆਪਣਾ ਮਨ ਬੜਾ ਦੁਖੀ ਹੁੰਦਾ ਸੀ ਕਿ ਤੁਸੀਂ ਇੱਕ ਸਾਡੇ ਸਾਹਮਣੇ ਜਿਹੜਾ ਆਰਟਿਸਟ ਹੈ ਹੂੰ 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 ਤੁਹਾਡੇ ਆਪੋਜ਼ਿਟ ਪਲੇ ਕਰ ਰਿਹਾ ਹੈ ਜੇ ਪ੍ਰੋਪਰ ਰਿਸਪੌਂਡ ਨਹੀਂ ਕਰ ਰਿਹਾ ਤੁਹਾਡਾ ਕਰੈਕਟਰ ਵੀ ਕਿਲ ਹੋ ਜਾਂਦਾ ਬਿਲਕੁਲ ਸਰ ਮੇਰੇ ਨਾਲ ਕਈ ਫਿਲਮਾਂ ਚ ਇਦਾਂ ਹੋਇਆ ਕਿ ਤੁਸੀਂ ਕੱਲੇ ਹੀ ਬੈਡਮਿੰਟਨ ਖੇਡੀ ਜਾਂਦੇ ਇਧਰੋਂ ਮਾਰੀ ਜਾ ਕੇ ਫਿਰ ਸ਼ਟਲ ਚੁੱਕ ਲਿਆ ਫਿਰ ਮਾਰੀ ਫਿਰ ਉਹ ਉਹ ਉਹਨਾਂ ਕੋ ਰੈਕੇਟ ਹੀ ਨਹੀਂ ਪੈ ਪਾ ਮੈਂ ਬੈਠਿਆ ਇਹ ਦੇਖੀ ਜਾਂਦੇ ਮੈਂ ਵੀ ਕੀ ਹੋ ਰਿਹਾ ਸਮਝਦਾ ਤੇ ਉਹ ਮਜ਼ਾ ਤਾਂ ਆਉਂਦਾ ਕਿ ਜੇ ਮੈਂ ਡਾਇਲੋਗ ਬੋਲ ਰਿਹਾ ਅੱਗੋਂ ਵੀ ਉਸੇ ਖੜਕੇ ਨਾਲ ਡਾਇਲੋਗ ਆਵੇ ਫਿਰ ਮੈਂ ਵੀ ਅੱਗੋਂ ਖੜਕਾ ਕੇ ਬੋਲਾਂ ਜੀ ਤੋ ਅਸੀਂ ਤੁਸੀਂ ਦੇਖਿਆ ਹੋਣਾ ਕੈਰੀਅਨ ਜੱਟਾ ਵਿੱਚ ਸਾਡਾ ਜਿੱਦਾ ਅੱਗੋਂ ਮੈਨੂੰ ਪੈਂਦੇ ਸੀ ਟੁੱਟ ਟੁੱਟ ਕੇ ਜੀ ਪੂਰਾ ਰਿਸਪੌਂਡ ਕਰਦੇ ਸੀ ਜੀ ਤੇ ਜਿੰਨਾ ਉਹ ਅੱਗੋਂ ਕੁੱਦ ਕੇ ਪਹਿਣਗੇ ਮੈਨੂੰ ਵੀ ਜੋਸ਼ ਚੜੇਗਾ ਜੀ ਤੇ ਫਿਰ ਸਾਡੀ ਫਿਲਮ ਜਿਹੜੀ ਸੀ ਆਪਣੇ ਨਹੀਂ ਨਹੀਂ ਉਹ ਤਾਂ ਹੈ ਹੀ ਹੈ ਸੀ ਨਾ ਜਿਹੜੀ ਉਹਦੇ ਚ ਮੈਨੂੰ ਬੜਾ ਮਜ਼ਾ ਆਇਆ ਜਸਮੀਤ ਦਾ ਕਰੈਕਟਰ ਉਹ ਪਾਜੀਨ ਪ੍ਰੋਬਲਮ ਪਾਜੀਨ ਪ੍ਰੋਬਲਮ ਔਰ ਜਿਹੜੇ ਮੇਰੇ ਦੋ ਵਿਆਹ ਹੋਏ ਹੁੰਦੇ ਨੇ ਇੱਧਰ ਵੀ ਤੇ ਉੱਧਰ ਵੀ ਤੇ ਉਹ ਬੜਾ ਚੱਕਰ ਸੀ ਉਹ ਕਿੰਦਾ ਸੁਣਾ ਇਹਨਾਂ ਨੇ ਕੈਰੈਕਟਰ ਤੁਹਾਨੂੰ ਮਜ਼ਾ ਆਉਦਾਂਗਾ ਜੋ ਸਾਹਮਣੇ ਵਾਲਾ ਇਹਨਾਂ ਦੀ ਕਾਮਿਕ ਟਾਈਮਿੰਗ ਜਿਹੜੀ ਹੈ ਮੰਨੀ ਹੋਈ ਹੈ ਔਰ ਪੰਜਾਬੀ ਚ ਬਹੁਤ ਘੱਟ ਕੁੜੀਆਂ ਨੇ ਜਿੰਨਾਂ ਕੋਲ ਕਾਮਿਕ ਟਾਈਮਿੰਗ ਹੈਗੀ ਜੀ ਬਿਲਕੁਲ ਤੇ ਇਸ ਦਿਨਾਂ ਹੀ ਬੜੇ ਜਿਓਗਦਾਨ ਬਹੁਤ ਜ਼ਿਆਦਾ ਇਹਨਾਂ ਦਾ ਮੈਂ ਇਤਨਾ ਪਹਿਲਾ ਫਰਸਟ ਕਾਮੇਡੀ ਥਿੰਗ ਜੋ ਕੁਝ ਵੀ ਕੀਤਾ ਸੀ ਜਦ ਮਨਜੀ ਨੇ ਬੁਲਾਇਆ ਸੀ ਇੰਟਰਵਿਊ ਲਈ ਤੇ ਮੈਂ ਕੁਝ ਇਹੋ ਜੀ ਗੱਲ ਇੰਟਰਵਿਊ ਵਿੱਚ ਕਰਤੀ ਸੀ ਜਦੋਂ ਉਹਨਾਂ ਨੇ ਮੈਨੂੰ ਬੁਲਾਇਆ ਮਿਲਣ ਕਿ ਮੈਂ ਦੱਸ ਦੱਸਣਾ ਵੀ ਨਹੀਂ ਚਾਹਦੀ ਇੰਨੀ ਬੈਰੈਸਿੰਗ ਚੀਜ਼ ਹੈ ਇਹਨਾਂ ਨੂੰ ਵੀ ਹਾਲੀ ਚ ਪਤਾ ਲੱਗਿਆ ਨਹੀਂ ਤੁਸੀਂ ਕਰ ਸਕਦੇ ਹੋ ਸ਼ੇਅਰ ਜੇਕਰ ਕਰਨਾ ਚਾਹੁੰਦੇ ਹੋ ਉਹਨਾਂ ਨੇ ਮਿਲਦੇ ਹੀ ਮੈਨੂੰ ਕਿਹਾ ਕਿ ਮੈਨੂੰ ਮਿਲ ਗਈ ਕੈਂਡੀ ਤੇ ਨੂੰ ਕਹਿੰਦੇ ਕਹਿੰਦੇ ਰੈਡੀमेड ਚੱਲੀ ਮਿਲ ਗਈ ਐ ਉਹ ਕੈਂਡੀਡਾ ਰੋਲ ਬਖੂਬੀ ਨਿਭਾਉਣ ਵਾਲੀ ਐ ਸੋ ਪਰ ਮੈਂ ਤਾਂ ਹੀ ਜਾ ਕੇ ਆਪਣੇ ਆਪ ਨੂੰ ਸਿਲੈਂਡਰ ਕਰਤਾ ਸੀ ਮੈਂ ਕਿਹਾ ਦਿੱਗਰ ਜ ਲੋਕ ਹੈਗੇ ਮੈਂ ਤਾਂ ਨਵੀਂ-ਨਵੀਂ ਤਾਂ ਮੈਨੂੰ ਸਾਲ ਸਾਲ ਡੇਢ ਹੀ ਹੋਇਆ ਸੀ ਬੰਬੇ ਸ਼ਿਫਟ ਕੀਤੇ ਤੇ ਮੈਂ ਕਿਹਾ ਤੁਸੀਂ ਬਸ ਸੰਭਾਲ ਲੈਣਾ ਕੁਗੀ ਜੀ ਜੀ ਜਿਹੜਾ ਗੁੱਡ ਗੁੱਡ ਲਰਨਰ ਹੋਣਾ ਜਿੱਦਾਂ ਕਾਮੇਡੀ ਲਈ ਨਵੀਂ ਚੀਜ਼ ਸੀ ਗੁੱਡ ਲਰਨਰ ਹੋਣਾ ਵੀ ਤੁਹਾਡੀ ਪਰਸਨੈਲਿਟੀ ਦਾ ਇੱਕ ਟ੍ਰੇਟ ਐ ਜੀ ਬਿਲਕੁਲ ਜਿੱਦੇ ਤੁਹਾਡਾ ਜੇ ਤੁਹਾਡੀ ਤਰੱਕੀ ਦਾ ਮੈਂ ਕਵਾਂਗਾ ਇੱਕ ਮਾਧਿਅਮ ਐ ਹੂੰ ਜੇਕਰ ਸਿੱਖਣ ਦੀ ਚਾਹਤ ਹੋਏਗੀ ਤਾਂ ਜਿਵੇਂ ਕਿ ਇਹ ਕਹੋ ਹਾਂ ਜੀ ਅੱਛਾ ਕਿਤਾ ਕਰਨਾ ਜਿੱਦਾਂ ਤੁਸੀਂ ਕਹੋਗੇ ਓਕੇ ਇਹਨੂੰ ਇਦਾਂ ਕਰਨਾ ਓਕੇ ਆਈਲ ਡੂ ਲਾਈਕ ਥਿਸ ਜੇ ਤੁਹਾਡੇ ਚ ਟੈਂਡਰ ਮੈਂ ਕਿਹਾ ਹਾਂ ਆਈ ਨੋ ਆਈ ਨੋ ਆਈ ਨੋ ਬਿਲਕੁਲ ਯਾ ਅਗਲਾ ਕਹਿੰਦਾ ਓਕੇ ਯੂ ਡੂ ਇਟ ਸਹੀ ਗੱਲ ਸਿਖਾਣ ਵਾਲਾ ਵੀ ਕਹਿੰਦਾ ਠੀਕ ਹੈ ਤੈਨੂੰ ਹੁਣ ਤਣਾ ਇੰਨੀ ਪਤਾ ਤੇ ਖਰਾਬ ਕਰ ਲੈ ਹਾਂ ਕਰੋ ਤਾਂ ਹੀ ਕਰਕੇ ਦੋਨੋਂ ਜਿਹੜੇ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਹਿਮਾਨ ਮੌਜੂਦ ਨੇ ਦੋਨੇ ਹੀ ਜ਼ਿਆਦਾ ਮਲਟੀ ਟੈਲੈਂਟਡ ਨੇ ਕਿਉਂਕਿ ਤੁਹਾਡੀ ਸਿੰਗਿੰਗ ਐਕਟਿੰਗ ਵੀਜੇ ਮਤਲਬ ਕਿ ਸਬ ਕੁਛ ਤੇ ਤੁਹਾਡੀ ਵੀ ਮਤਲਬ ਕਿ ਜਿਹੜੀ ਤੁਹਾਡੀ ਤੁਸੀਂ ਤਾਂ ਮਲਟੀ ਟੈਲੈਂਟਡ ਕੀ ਫੁੱਲ ਪੈਕੇਜ ਹੋ ਤੇ ਮਤਲਬ ਤੁਹਾਡੇ ਦੇਖਿਆ ਮੈਂ ਪ੍ਰੋਮੋ ਦੇ ਵਿੱਚ ਤੁਸੀਂ ਵੀ ਸਿੰਗਿੰਗ ਕਰ ਰਹੇ ਹੋ ਥੋੜੀ ਥੋੜੀ ਉਹ ਪਤਾ ਕੀ ਹੁੰਦਾ ਜਦੋਂ ਘੋੜੇ ਦੌੜਦੇ ਹੁੰਦੇ ਸੀ ਨਾ 60 70 ਘੋੜੇ ਦੌੜਦੇ ਹੁੰਦੇ ਸੀ ਤੇ ਮੇਰੇ ਵਰਗੇ ਦਾ ਮਾੜਾ ਜਿਹਾ ਕਿ ਨਾ ਬਚਕੂ ਜਿਹਾ ਹੁੰਦਾ ਸੀ ਪੰਜਾਬੀ ਭਾਸ਼ਾ ਕਹਿੰਦੇ ਟੱਟੂ ਉਹ ਧੂੜ ਦੇ ਵਿੱਚ ਟੱਟੂ ਮੇਰੇ ਰਗਾ ਵੀ ਢੜਾ ਲੈਂਦਾ ਆਪਣਾ ਉਹ ਘੋੜਿਆਂ ਚ ਪਜਦਾ ਜਾਂਦਾ ਘੋੜਾ ਹੀ ਲੱਗਦਾ ਬੀਿੰਗ ਵੈਰੀ ਮੋਡਸਟ ਇਹਨਾਂ ਦੀ ਰਾਈਟਿੰਗ ਬਾਰੇ ਤਾਂ ਸਭ ਨੂੰ ਪਤਾ ਹੈ ਇਹਨਾਂ ਨੇ ਇਹੋ ਜਿਹੇ ਗਾਣੇ ਲਿਖਿਆ ਉਹਨਾਂ ਦੇ ਲਿਰਿਕਸ ਮਤਲਬ ਬੰਦਾ ਸਿਰਫ ਮੈਲੋਡੀ ਦੀ ਵੀ ਲੋਨ ਨਹੀਂ ਹੈ ਕਈ ਜਿਹੜੇ ਗਾਣੇ ਹੁੰਦੇ ਆ ਮੈਲੋਡੀ ਕਰਕੇ ਫੇਮਸ ਹੋ ਜਾਂਦੇ ਕੁੱਗੀ ਜੀ ਤੇ ਲਿਖਿਓ ਇਹ ਗਾਣੇ ਜੇ ਤੁਸੀਂ ਸਿਰਫ ਐਜ਼ ਅ ਪੋਇਮ ਸੁਣਾ ਦਿਓ ਉਹ ਹਿੱਟ ਹੋ ਜਾਂਦੇ ਜੀ ਤੇ ਉਹਨਾਂ ਦੀ ਰਾਈਟਿੰਗ ਵਿੱਚ ਇੰਨੀ ਸੋਲ ਹੈ ਜੀ ਸੋ ਨਾਲੇ ਆਬਵੀਅਸਲੀ ਇਹਨਾਂ ਦੇ ਅੰਦਰ ਤਾਲ ਤੇ ਸੁਰ ਤਾਂ ਹੀ ਇਸ ਐਨ ਆਰਟਿਸਟ ਰਾਈਟ ਉਹ ਤਾਂ ਤੁਸੀਂ ਲੈ ਨਹੀਂ ਸਕਦੇ ਇੱਕ ਆਰਟਿਸਟ ਦੇ ਅੰਦਰ ਉਹ ਚੀਜ਼ ਤਾਂ ਬਾਈ ਬਰਥ ਹੀ ਹੁੰਦੀ ਹੈ ਤਾਂ ਇਹ ਸ਼ੋਰਟ ਸਾਡੇ ਨਾਲ ਕਿੰਨੀ ਵਾਰੀ ਤੇ ਮੈਨੂੰ ਦੱਸਦੇ ਇਹ ਗਾਣਾ ਕਿਹੜਾ ਇਹਦੇ ਚ ਉਹ ਗਾਣਾ ਕਿਉਂਕਿ ਇਹਨਾਂ ਨੂੰ ਕੋਈ ਨਹੀਂ ਨੋਲੇਜ ਹੈ ਪੰਜਾਬੀ ਗਾਣਿਆਂ ਤੇ ਮੈਂ ਤੁਹਾਡੇ ਤੋਂ ਵੀ ਗਾਣਾ ਸੁਣਨਾ ਹੈ ਮੈਂ ਤੁਹਾਡੇ ਤੋਂ ਵੀ ਗਾਣਾ ਸੁਣਨਾ ਹੈ ਲਓ ਜੀ ਫੜੇਗਾ ਹੁਣ ਤਾਂ ਦੇਖੋ ਪਤਾ ਕੀ ਜਦੋਂ ਕੇਕ ਲੈਣਾ ਹੋਵੇ ਤੂੰ ਬੈਟਰੀ ਵਾਲੀ ਦੁਕਾਨ ਤੋਂ ਥੋੜਾ ਲੋਗੇ ਜਦ ਬੇਕਰੀ ਹੈਗੀ ਇੱਥੇ ਹਣਾ ਨਹੀਂ ਉਹਨਾਂ ਤੋਂ ਪਹਿਲਾਂ ਸੁਣਾ ਕੇ ਫਿਰ ਤੁਹਾਡੇ ਤੋਂ ਨਾ ਥੋੜੀ ਜਿਹੀ ਦਿਲ ਦੀ ਕਰਨਾ ਮੇਰੇ ਕੋਲ ਸੁਣਾਣਾ ਨਹੀਂ ਪੜ ਉਹਨਾਂ ਨੇ ਨਸਲ ਨਾ ਗਾ ਦੇਣਾ ਨਹੀਂ ਚਾਹੇ ਤੁਸੀਂ ਮਤਲਬ ਕਿ ਉਹਨੂੰ ਪੋਇਮ ਦੇ ਤੌਰ ਤੇ ਸੁਣਾ ਦਿਓ ਜਿਸ ਤਰ੍ਹਾਂ ਮਰਜ਼ੀ ਸੁਣਾ ਦਿਓ ਪਰ ਆਪਾਂ ਸੁਣਾ ਚੁਣ ਮੈਂ ਵੈਸੇ ਸੁਣਾ ਦਿੰਦਾ ਜਿੱਦਾਂ ਮੇਰੇ ਗਾਣੇ ਕਾਲੇ ਟਾਈਮ 'ਚ ਸਾਰੇ ਹੀ ਸ਼ਾਇਰ ਹੋ ਜਾਂਦੇ ਨੇ ਜੀ ਕਾਲੇ ਟਾਈਮ ਐਸਾ ਇੱਕ ਸਮਾਂ ਹੁੰਦਾ ਇੱਦਾਂ ਉਹ ਸਮਾਂ ਐਸਾ ਹੁੰਦਾ ਸਾਰੇ ਦਾ ਕੋਈ ਨਾ ਕੋਈ ਕ੍ਰਸ਼ ਹੁੰਦਾ ਤੇ ਉਹਨਾਂ ਦੀ ਫਿਰ ਸਾਰੇ ਗਾਣੇ ਉਹਾਰੇ ਲੱਗੇ ਹੁੰਦੇ ਨੇ ਕਵੀ ਵਾਂਗ ਬਣ ਕੇ ਨਾਲ ਦੇ ਦਾ ਦਿਮਾਗ ਖਰਾਬ ਕੀਤਾ ਹੁੰਦਾ ਸੁੱਤੇ ਨੂੰ ਠਾਠਾ ਸੁਣਨਾ ਯਾਰ ਨਵੀਂ ਜੀ ਲਿਖੀ ਹੈ ਕੋਈ ਸੁੱਤਾ ਸੁਤਾ ਕਹੀ ਨੇ ਬਹੁਤ ਸ਼ੇ ਬਹੁਤ ਸ਼ੇ ਬਾਈ ਤੇਰੀ ਨੇ ਨਵੀਂ ਜੀ ਲਿਖੀ ਜਪਾ ਦੇ ਰਿਕਾਰਡ ਕਰਾ ਦੇ ਰਿਕਾਰਡ ਕਰਾ ਦੇ ਬੰਦੇ ਦੀ ਪੂਛਾਂ ਚ ਕਾਈ ਜਾਣਗੇ ਨਾਮ ਇਹਦੇ ਕੋਲ ਟਾਈਮ ਤੇ ਮੈਨੂੰ ਵੀ ਥੋੜੇ ਪ੍ਰੋਬਲਮ ਹੋਈ ਸੀ ਜੀ ਬਸ ਠੀਕ ਹੋ ਗਈ ਪ੍ਰੋਬਲਮ ਹੋਈ ਸੀ ਠੀਕ ਹੋ ਗਈ ਤੇ ਮੈਂ ਵੀ ਲਿਖਣ ਲੱਗਣ ਲੱਗ ਪਈ ਮੈਂ ਜਿੱਦਾਂ ਮੇਰਾ ਇੱਕ ਗਾਣਾ ਅਮਰ ਨੂਰੀ ਜੀ ਨੇ ਗਾਇਆ ਸੀ ਬੜਾ ਪਪੂਲਰ ਹੋਇਆ ਸੀ ਨਿਊ ਇਅਰ ਰੀਵ ਤੇ ਗਾਇਆ ਸੀ ਇਹਨਾਂ ਨੇ ਇੰਨੇ ਤੇ ਮੇਰੇ ਨਾਲ ਲੜਦਾ ਰਹਿਣਾ ਕੁੱਟ-ਕੁਟਾਪਾ ਕਰਦਾ ਰਹਿਣਾ ਜੱਲ ਜੀ ਕਰਦਾ ਫੜ ਲੈ ਛੋਟੀ ਤੇ ਇਥੋਂ ਨਾ ਫਿਰ ਪੱਕਣੀ ਰੋਟੀ ਬਾਲ ਨੇ ਆਣੇ ਸਾਂਭੇਗਾ ਸਿਰ ਗੋਹਾ ਕੂੜਾ ਢੋਵੇਂਗਾ ਜੇ ਮੈਂ ਦੁਰਗੀ ਨਰੰਜਣਾ ਰੋਵੇਂਗਾ ਜੀ ਇੰਨਾ ਵਧੀਆ ਰਹੀ ਇਹਨੂੰ ਮਤਲਬ ਤੁਸੀਂ ਹੁਣ ਕੋਈ ਵੀ ਤੁਸੀਂ ਪਰ ਗਾ ਕੇ ਸੁਣਾਉਣਾ ਬਿਲਕੁਲ ਗਾ ਕੇ ਸੁਣਾਵਾਂਗੀ ਦੇ ਅੱਜਕਲ ਦੇ ਐਕਚੁਅਲੀ ਜਨਰੇਸ਼ਨ ਲਈ ਇਹ ਪਰਫੈਕਟ ਹੈ ਕਿਉਂਕਿ ਅੱਜਕਲ ਜਿੰਨਾ ਜ਼ਿਆਦਾ ਮੀਡੀਆ ਐਕਸਪੋਜ਼ਰ ਤੇ ਮੁੰਡੇ ਕੁੜੀਆਂ ਦੀ ਐਕਸੈਸਿਬਿਲਟੀ ਦੁਜੇ ਲਈ ਪਹਿਲਾਂ ਤੇ ਬਹੁਤ ਇਟ ਵਾਸ ਅ ਵੈਰੀ ਰੇਅਰ ਥਿੰਕ ਕਿ ਜੀ ਮੁੰਡੇ ਕੁੜੀ ਦੋਸਤ ਵੀ ਹੋ ਗਏ ਯੂ نو ਅੱਜ ਕੱਲ ਤਾਂ ਇੰਨੀ ਕਾਮਨ ਜੀ ਚੀਜ਼ ਹੈ ਕਿ ਬੇਬੀ ਵੀ ਤਾਂ ਸਾਰਿਆਂ ਨੂੰ ਹੀ ਕਹਿ ਦਿੰਦੇ ਆ ਜੀ ਬੇਬੀ ਤਾਂ ਇੰਨਾ ਕਾਮਨ ਵਰਡ ਹੋ ਗਿਆ ਐਵੇਂ मतलब ਉਹਨਾਂ ਬੱਚੇ ਸ਼ਰਮਿੰਦੇ ਹੁੰਦੇ ਹੋਏ ਕਿ ਬੇਬੀ ਕਿਸੇ ਦਾ ਨਸੀ ਹੁੰਦੇ ਬੱਚੇ ਆ ਰਹੇ ਆ ਕਿਤੇ ਵੀ ਕਦੀ ਅਸੀਂ ਬੇਬੀ ਹੁੰਦੇ ਸੀ ਉਹਨੇ ਆਪਸੇ ਇੱਕ ਦੂਜੇ ਦੇ ਉਹ ਮਾਂ ਪੇ ਇੱਕ ਦੂਜੇ ਨੂੰ ਕਹਿੰਦੇ ਬੇਬੀ ਨੋ ਬੇਬੀ ਹੁਣ ਬੱਚੇ ਆ ਰੇਠਾਂ ਦੇ ਰੇ ਆਵਾ ਮੈਂ ਕਿਹਾਂ ਵਿੱਚ ਤੂੰ ਅੱਜਕੱਲ ਦੀ ਸਿਚੁਏਸ਼ਨ ਲਈ ਪਰਫੈਕਟ ਲਿਰਿਕਸ ਹੈਗੇ ਜੀ ਤੂੰ ਸੌਫਟ ਹਾਰਟਿਡ ਮੁੰਡਾ ਮੈਂ ਚੀਜ਼ ਕਰਾਰੀ ਕਿਉਂ ਜੈਲਸ ਹੁੰਦਾ ਜੇ ਕੋਈ ਕਰ ਮੇਰੇ ਨਾਲ ਯਾਰੀ ਤੂੰ ਸੌਫਟ ਹਾਰਟਿਡ ਮੁੰਡਾ ਮੈਂ ਚੀਜ਼ ਕਰਾਰੀ ਕਿਉਂ ਜੈਲਸ ਹੁੰਦਾ ਜੇ ਕੋਈ ਕਰ ਮੇਰੇ ਨਾਲ ਯਾਰੀ ਤੇਰੇ ਲੱਗਦਾ ਹੈ ਲੌਂਗ ਜਿਵੇਂ ਹੈ ਕਫੋਕ Song ਤੂੰ ਸ਼ਗਨ ਪਾਵੇਂ ਨੱਚਦੀ ਜਾਵਾਂ ਨਸ਼ੇ ਦੀਏ ਬੋਤਲੇ ਤੈਨੂੰ ਘਟ ਘਟ ਕਰਕੇ ਪੀ ਜਾਣਾ ਨਸ਼ੇ ਦੀਏ ਬੋਤਲੇ ਤੈਨੂੰ ਘਟ ਘਟ ਕਰਕੇ ਪੀ ਜਾਣਾ ਦੇ ਨਸੇ ਪਹਿਲੇ ਭੋਲ ਦੇ ਤੈਨੂੰ ਘਟ ਘਟ ਉਹ ਤੈਨੂੰ ਘਟ ਘਟ ਉਹ ਤੈਨੂੰ ਘਟ ਘਟ ਕਰਕੇ ਪੀ ਜਾਣਾ ਬਹੁਤ ਵਧੀਆ ਬਹੁਤ ਵਧੀਆ ਮਤਲਬ ਕਿੱਦਾਂ ਮੈਨੇਜ ਕਰਦੇ ਹੋ ਇੰਨੇ ਸਾਰੇ ਕੰਮ ਵੀਜਿੰਗ ਵੀ ਕਰਦੇ ਹੋ ਐਕਟਿੰਗ ਵੀ ਕਰਦੇ ਹੋ ਤੇ ਸਿੰਗਿੰਗ ਵੀ ਕਰਦੇ ਹੋ ਪੰਜ ਚਾਰ ਬੈਂਕ ਅਕਾਊਂਟ ਨੇ ਕਿੰਨੇ ਕਰਦੇ ਹੋ ਸਾਰੇ ਮੈਨੇਜ ਕਰਦੇ ਹੋ ਉਹ ਆਪਾਂ ਥੋੜਾ ਨਹੀਂ ਨਾ ਦੱਸ ਸਕਦੇ ਕਿ ਪੰਜਾਂ ਬੈਂਕ ਹੈਗੇ ਨੇ ਸਾਰਿਆਂ ਨੂੰ ਪਤਾ ਨਹੀਂ I think you know as an artist ਉਸ ਸਾਰੀਆਂ ਚੀਜ਼ਾਂ ਕਿੱਥੇ देयर इज नो ਲਾਈਨ दैट यू कैन ਡਰਾ ਉਹ ਆਪਸ ਵਿੱਚ ਸਭ ਮਿਲ ਜਾਂਦਾ ਜਦ ਅਸੀਂ ਸਿੰਗਿੰਗ ਵੀ ਕਰਦੇ ਆ ਜੇ ਅਸੀਂ ਪਲੇਬੈਕ ਵੀ ਕਰਦੇ ਆ ਜੇ ਜੇ ਮੈਨੂੰ ਐਕਸਪ੍ਰੈਸ ਕਰਨਾ ਹੈ ਜੇ ਉਹ ਅਸੀਂ ਐਕਸਪ੍ਰੈਸ਼ਨ ਆਪਣੀ ਐਕਟਿੰਗ ਵਾਲਾ ਜੇ ਨਹੀਂ ਲੈ ਕੇ ਆਵਾਂਗੇ ਗਾਇਕੀ 'ਚ ਤੇ ਉਹ ਉਹ ਤਾਂ ਫਲੈਟ ਲੱਗੇਗਾ ਤਾਂ ਐਕਟਿੰਗ ਉੱਥੇ ਵੀ ਚਾਹੀਦੀ ਜੇ ਅਸੀਂ ਸਟੇਜ ਤੇ ਜਾਂਦੇ ਆ ਲੋਕਾਂ ਦੇ ਨਾਲ ਸਿਰਫ ਇਹ ਤਾਂ ਨਹੀਂ ਕਿ ਜਾਏ ਗਾਣਾ गा ਕੇ ਆ ਜਾਈਏ ਅਸੀਂ ਇੰਟਰੈਕਟ ਕਰਨਾ ਲੋਕਾਂ ਨੂੰ ਇੰਗੇਜ ਕਰਨਾ ਆਪਣੇ ਨਾਲ ਕਨੈਕਟ ਕਰਾਉਣਾ ਉੱਥੇ ਤੁਹਾਡੀ ਐਂਕਰਿੰਗ ਦੀ ਸਕਿਲਸ ਹੋਸਟਿੰਗ ਦੀ ਸਕਿਲਸ ਆਉਣੀ ਹੈ ਤਾਂ ਆਈ ਥਿੰਕ ਐਜ਼ ਐਨ ਆਰਟਿਸਟ ਉਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਚੀਜ਼ ਨੂੰ ਦੂਜੀ ਦੇ ਨਾਲ ਅਡ ਕਰ ਨਹੀਂ ਸਕਦੇ ਤੇ ਆਰਟਿਸਟ ਆਰਟਿਸਟ ਹੀ ਹੁੰਦਾ ਉਹਨੂੰ ਵੀ ਭਾਵੇਂ ਤੁਸੀਂ ਇਹ ਕਰਾ ਲਓ ਜਾਂ ਉਹ ਕਰਾ ਲਓ ਇਹਨੂੰ ਆਈ ਥਿੰਕ ਉਹ ਐਫਰਟਲੈਸਲੀ ਉਹ ਚੀਜ਼ਾਂ ਹੋ ਜਾਂਦੀਆਂ ਆ ਉਹਦੇ ਲਈ ਇਹਨਾਂ ਐਫਰਟ ਨਹੀਂ ਪਾਣਾ ਪੈਂਦਾ ਜੀ ਬਿਲਕੁਲ ਦੇਖੋ ਜੀ ਜਿਸ ਤਰ੍ਹਾਂ ਜਦੋਂ ਤੁਸੀਂ ਫੇਮਸ ਵੀ ਹੋ ਗਏ ਸੀ ਨਾ ਉਸ ਤੋਂ ਬਾਅਦ ਮੈਂ ਜਦੋਂ ਤੁਹਾਡੇ ਬਾਰੇ ਰਿਸਰਚ ਕਰ ਰਹੀ ਸੀ ਇੱਕ ਚੀਜ਼ ਮੈਨੂੰ ਪਤਾ ਲੱਗੀ ਕਿ ਤੁਸੀਂ ਰੋਜ਼ਗਾਰ ਯੋਜਨਾ ਵਾਸਤੇ ਵੀ ਗਏ ਸੀ ਤੇ ਉੱਥੇ ਤੁਹਾਨੂੰ ਪਛਾਣ ਲਿਆ ਸੀ ਨਾ ਉਹਨਾਂ ਨੇ ਬਿਲਕੁਲ ਜੀ ਮੈਂ ਤੇ ਹਰ ਇੰਟਰਵਿਊ 'ਚ ਦੱਸ ਦਿੰਨਾ ਕਿ ਜ਼ਿੰਦਗੀ ਇਹ ਬੜਾ ਵੱਡਾ ਸੰਘਰਸ਼ ਦਾ ਨਾਮ ਬਿਲਕੁਲ ਇਹ ਬੜਾ ਸੀਰੀਅਸ ਮੈਟਰ ਹੈ ਹੂੰ ਖੁਸ਼ਬੂ ਜੀ ਨੂੰ ਸ਼ਾਇਦ ਨਹੀਂ ਪਤਾ ਹੋਣਾ ਮੈਂ ਜਦੋਂ ਮੈਂ ਟੀਵੀ ਤੇ ਬੜਾ ਸਟਾਰ ਬਣ ਚੁੱਕਾ ਸੀ ਜਦੋਂ ਦਾ ਟੀਵੀ ਤੇ ਮੇਰਾ ਡਰਾਮਾ ਆਉਂਦਾ ਹੁੰਦਾ ਸੀ ਪਰਛਾਵੇਂ ਪਰਛਾਵੇਂ ਜੀ ਬੁਲਾਰਿਆਂ ਦਾ ਮੇਰਾ ਕਰੈਕਟਰ ਸੀ ਔਰ ਮੈਂ ਮੋਬਾਈਲ ਤਾਂ ਹੁੰਦੇ ਨਹੀਂ ਸੀ ਪਰ ਮੈਂ ਜਿੱਥੋਂ ਲੰਘਦਾ ਹੁੰਦਾ ਸੀ ਲੋਕੀ ਰਕਸ਼ੇ ਰੋਕ ਲੈਂਦੇ ਹੁੰਦੇ ਰਕਸ਼ੇ ਜਿਆਦਾ ਚੱਲਦੇ ਉਹ ਦੇਖ ਤੇ ਲਈਏ ਚੰਗੀ ਤਰ੍ਹਾਂ ਲੋਕੀ ਹੱਥ ਲਾ ਕੇ ਦੇਖਣਾ ਚਾਹੁੰਦੇ ਹੁੰਦੇ ਸੀ ਪਰ ਇੰਨੀ ਕ੍ਰੇਜ਼ ਹੁੰਦਾ ਸੀ ਦੂਰਦਰਸ਼ਨ ਦਾ ਔਰ ਮੇਰਾ ਸੀਰੀਅਲ ਬੜਾ ਹਿੱਟ ਸੀ ਉਹਦੇ ਤੇ ਤੇ ਉਧਰੋਂ ਘਰ ਦੇ ਹਾਲਾਤ ਥੋੜੇ ਖਰਾਬ ਜਿਆਦੇ ਹੋਗੇ ਹੋਏ ਸੀ ਤੇ ਕੰਮ ਬੜਾ ਫਸਿਆ ਪਿਆ ਸੀ ਮੇਰਾ ਤੇ ਮੈਂ ਫਿਰ ਇੱਕ ਵਾਰੀ ਉਦੋਂ ਨਾ 10ਵੀਂ ਪਾਸ ਬੱਚੇ ਨੂੰ ਮੈਂ ਤਾਂ ਖਰਬੀਏ ਕਰ ਰਿਆ ਸੀ ਉਦੋਂ 10ਵੀਂ ਪਾਸ ਬੱਚੇ ਨੂੰ ਨਹਿਰੂ ਰੋਜ਼ਗਾਰ ਯੋਜਨਾ ਦੇ ਤਹਿਤ 50000 ਦਾ ਕਰਜ਼ਾ ਮਿਲ ਜਣਾ ਸੀ ਆਪਣਾ ਬਿਜ਼ਨਸ ਸਟਾਰਟ ਕਰਨ ਲਈ ਤੇ ਉਧਰੋਂ ਮੈਂ ਸੀਰੀਅਲ ਦਾ ਹੀਰੋ ਮੈਂ ਇੱਦਾਂ ਹਿੱਟ ਤੇ ਮੈਂ ਲਾਈਨ 'ਚ ਖੜਾ ਉਹ ਲੋਕੀ ਲਾਈਨ ਤੋੜ-ਤੋੜ ਕੇ ਆ ਕੇ ਮੈਨੂੰ ਦੇਖਣਾ ਆਏ ਕਿ ਇਹ ਕਿੱਧਰ ਖੜਾ ਹੈ ਇੱਦਾਂ ਤਮੇ ਆਜ ਸਰਟੀਫਿਕੇਟ ਵੜਿਆ ਬਣਾਇਆ ਫਾਈਲ ਬਣੀ ਤੇ ਮੈਂ ਅੰਦਰ ਗਿਆ ਉਹ ਜਿਹੜੇ ਬੰਦੇ ਤਿੰਨ ਬੰਦੇ ਇੰਟਰਵਿਊ ਲੈ ਰਹੇ ਸੀ ਨਾ ਆਫੀਸਰ ਬੈਂਕ ਵਾਲੇ ਜਿਨ੍ਹਾਂ ਨੇ ਲੋਨ ਪਾਸ ਕਰਨਾ ਹੁੰਦਾ ਮੈਂ ਅੰਦਰ ਕੀ ਤਾਂ ਤਿੰਨੇ ਦੇਖ ਕੇ ਖੜੇ ਹੋ ਗਏ ਹੈ ਤੇ ਮੈਂ ਕਿਹਾ ਸਸੀ ਗਾਰ ਜੀ ਹਾਂ ਆਜੋ ਕਹਿੰਦੇ ਸਸੀ ਗਾਰ ਜੀ ਆਜੋ ਜੀ ਆਜੋ ਬਸ ਕਹਿੰਦੇ 15 20 ਮਿੰਟ ਦੇਰੋ ਸਾਡੀ ਕੁਝ ਇੰਟਰਵਿਊਸ ਚੱਲਦੀਆਂ ਨੇ ਉਸ ਤੋਂ ਬਾਅਦ ਆਪਾਂ ਬੈਠਨੇ ਆ ਲੈ ਨਹੀਂ ਮੈਂ ਉਧਰ ਹੀ ਆ ਗਿਆ ਇੰਟਰਵਿਊ ਦੇਣੀ ਹੈ ਜੀ ਇਹ ਰੋਣਾ ਗਿਆ ਨਹੀਂ ਤੁਹਾਡੀ ਗਾਦੀ ਇੰਟਰਵਿਊ ਲੈਣੀ ਮੈਂ ਗਿਆ ਜੀ ਪੈਸੇ ਚਾਹੀਦੇ ਤਾਂ ਚਾਹੀਦੇ ਫਿਰ ਨੇ ਉਹਨਾਂ ਨੇ ਸਰਟੀਫਿਕੇਟ ਪਲੱਜ ਕਰ ਲਏ ਤੇ ਫਿਰ ਮੈਨੂੰ 50000 ਰੁਪਏ ਲੋਨ ਮਿਲਿਆ ਜੀ ਤੇ ਮੈਂ ਆਪਣਾ ਕੰਮ ਸ਼ੁਰੂ ਕੀਤਾ ਅਹੀ ਪੁੱਛਣਾ ਚਾਹੁੰਦੇ ਜੀ ਬਿਲਕੁਲ ਹੈ ਕਿ ਮੈਂ ਇਹੀ ਕਸਵਾ ਸੁਣਨਾ ਚਾਹਤੀ ਜੀ ਬਿਲਕੁਲ ਕਿਉਂਕਿ ਜ਼ਿੰਦਗੀ ਵਾਕਈ ਇੱਕ ਸੰਘਰਸ਼ ਦਾ ਨਾਮ ਹੈ ਕਿਉਂਕਿ ਜਦੋਂ ਮਿਹਨਤ ਕਰਕੇ ਆਪਾਂ ਕੋਈ ਚੀਜ਼ ਹਾਸਿਲ ਕੀਨੀ ਤੇ ਉਹਦਾ ਇੱਕ ਵੱਖਰਾ ਹੀ ਸੁਆਦ ਹੁੰਦਾ ਹੈ ਜਦ ਸਫਲਤਾ ਜੀ ਬਿਲਕੁਲ ਤੇ ਵਾਪਸ ਆਉਨੇ ਹੱਸਦਿਆਂ ਤੇ ਘਰ ਵਾਸਤੇ ਜਿਹੜਾ ਪ੍ਰੋਗਰਾਮ ਹੈ ਉੱਤੇ ਉਹ ਪਰਮੈਂਬਰ ਇਸ ਮੈਨੂੰ ਚੀਜ਼ ਯਾਦ ਆ ਗਈ ਮੈਨੂੰ ਜਦ ਮੇਰੇ ਮਦਰ ਫਸਟ ਟਾਈਮ ਬੰਬੇ ਆਈ ਸੀ ਜੀ ਤਾਂ ਮੈਂ ਵਿਆਹ ਕੇ ਬਸ ਹੁਣੇ ਬੰਬੇ ਤੇ ਉਹ ਸਾਡੀ ਚੋਇਸ ਸੀ ਮੇਰੇ ਹਸਬੰਡ ਤੇ ਮੇਰੀ ਜੀ ਤੇ ਮੇਰੇ ਹਸਬੰਡ ਦਾ ਦੇਸ਼ ਬਹੁਤ ਵੱਡਾ ਰੋਲ ਸੀ ਉਹਨਾਂ ਨੇ ਕਿਹਾ ਕਿ ਤੇਰੀ ਕੋਈ ਲਾਈਫ ਹੈ ਤੇ ਕੋਈ ਲਾਈਫ ਚ ਰਿਗਰਟ ਨਹੀਂ ਹੋਣਾ ਚਾਹੀਦਾ ਕਿ ਯੂ نو ਕਿ ਤੂੰ ਇਹ ਚੀਜ਼ ਕੀਤੀ ਨਹੀਂ ਟਰਾਈ ਕਰਨਾ ਹੈ ਜੇ ਬੰਬੇ ਜਾ ਕੇ ਤਾਂ ਤੇ ਅਸੀਂ ਆਏ ਤੇ ਅਸੀਂ ਵਨ ਬੈਡਰੂਮ ਇਟ ਵਾਸ ਲਾਈਕ a small 300 <laughs> square feet house <laughs> there mom and mummy papa aaye then my mother started crying <laughs> and she's like ਤੁਹਾਨੂੰ ਕੀ ਲੋੜ ਪਈ ਹੈ ਇਹ ਕੀ ਸਟਰਗਲ ਕਰਨੀ ਹੈ ਸਟਰਗਲ ਕਰਨੀ ਹੈ ਇਹ ਕਿਹੋ ਜਿਹੀ ਸਟਰਗਲ ਹੈ ਤੁਹਾਡੇ ਪੜ ਮਾਪਿਆਂ ਨੇ ਕਿਤੇ ਕਰਕੇ ਕੋਠੀਆਂ ਬਣਾ ਗਿਆ ਚੰਡੀਗੜ੍ਹ ਠੀਕ ਹੈ ਤੇ ਮੈਂ ਕਿਹਾ ਮਮਾ ਜਦ ਹੁਣ ਤੁਸੀਂ ਆਪਣੀ ਪੁਰਾਣੀ ਅਕਾਊਂਟਸ ਦੀ ਬੁੱਕ ਖੋਲ ਕੇ ਦਿਖਾਉਂਦੇ ਕਿ ਮੈਂ 20 ਰੁਪਏ ਕੰਸਲਟੇਸ਼ਨ ਰੈਂਦੀ ਸੀ ਐਜ਼ ਅ ਡਾਕਟਰ ਤੇ ਤੁਹਾਨੂੰ ਕਿਵੇਂ ਲੱਗਦਾ ਤੁਹਾਨੂੰ ਪ੍ਰਾਊਡ ਫੀਲ ਹੁੰਦਾ ਕਿ ਨਹੀਂ ਕਿ ਅੱਜ ਤੁਸੀਂ ਉੱਥੋਂ ਸ਼ੁਰੂ ਕੀਤਾ ਤੇ ਅੱਜ ਆਈ ਸੱਕ ਸਾਡੀ ਵੀ ਆਪਣੀ ਸਟੋਰੀ ਹੋਣ ਦੋ ਐ ਅਸੀਂ ਪੁੱਛ ਰਹੇ ਕਿ ਅਸੀਂ ਦਾ ਮਾਪਿਆਂ ਦੇ ਕੋਠੇ ਬੈ ਰਾਜ ਕੀਤਾ ਐ ਕੋਈ ਸਟੋਰੀ ਇਦੋਂ ਕੋ ਮਜ਼ਾ ਨਹੀਂ ਹੈ ਸਟੋਰੀ ਕੋਈ ਸਟੋਰੀ ਹੋਣੀ ਚਾਹੀਦੀ ਹੈ ਸੋ ਮਮਾ ਥ੍ਰਿਲ ਥ੍ਰਿਲ ਹੋਣਾ ਚਾਹੀਦਾ ਬਿਲਕੁਲ ਸੋ ਯੂ نو ਸੋ ਵਾਟ ਯੂ ਆਰ ਸੇਇੰਗ ਇਜ਼ ਰਾਈਟ ਕਿ ਇੱਕ ਤਾਂ ਤੁਸੀਂ ਇੱਕ ਤਾਂ ਲੱਕੀਣਾ ਲੈ ਕੇ ਆਂਦੇ ਹੋ ਬਾਕੀ ਤੁਸੀਂ ਆਪਣੀ ਮਿਹਨਤ ਤੇ ਆਪਣੇ ਹਾਰਡ ਨਾਲ ਉਹਨਾਂ ਨੂੰ ਨਿਖਾਰ ਸਕਦੇ ਹੋ ਯੂ نو ਸੋ ਆਈ ਥਿੰਕ ਥੈਟ ਇਜ਼ ਆਫ ਕੌਰਸ ਡੈਸਟੀਨੀ ਪਲੇਜ਼ ਐਨ ਇੰਪੋਰਟੈਂਟ ਰੋਲ ਬਟ ਯੋਰ ਪਰਸੀਵਰੈਂਸ ਯੋਰ ਔਨੈਸਟੀ ਐਂਡ ਯੋਰ ਹਾਰਡ ਵਰਕ ਕੈਨ ਮੂਵ ਮਾਊਂਟਨਸ ਸੋ ਵਨ ਸ਼ੁੱਡ ਨਾਟ ਨਾਟ ਫੋਰਗੇਟ ਥੈਟ ਜੀ ਬਿਲਕੁਲ ਅੱਛਾ ਹੁਣ ਜਿਹੜਾ ਹੈ ਪ੍ਰੋਗਰਾਮ ਉਸ ਦੀ ਸ਼ੁਰੂਆਤ ਕੁਝ ਹੀ ਦਿਨਾਂ ਬਾਅਦ ਹੋਣ ਵਾਲੀ ਹੈ ਪ੍ਰੋਗਰਾਮ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਸਾਡਾ ਇਹ ਪ੍ਰੋਗਰਾਮ ਜਿਹੜਾ 8 ਫਰਵਰੀ ਨੂੰ ਸ਼ੁਰੂ ਹੋ ਰਿਹਾ ਸੀ ਪੰਜਾਬੀ ਤੇ ਤੇ ਹਰ ਸੈਟਰਡੇ ਸੰਡੇ 8:30 ਵਜੇ ਆਇਆ ਕਰੇਗਾ ਜੀ ਦੋ ਦਿਨ ਲਗਾਤਾਰ ਤੁਸੀਂ ਦੇਖੋਗੇ 5 ਦਿਨ ਫਿਰ ਤੁਸੀਂ ਸਾਡੇ ਨਾਲ ਸੁੱਤੇ ਰਹੋ ਭਾਵੇਂ ਕੰਮ ਤੇ ਨਹੀਂ ਜਾਓ ਅਸੀਂ ਕੀ ਲੈਣਾ ਤੇ ਇਦਾਂ ਨੂੰ ਜਗਾ ਕੇ ਕੀ ਲੈਣਾ ਪਰ ਅਸੀਂ ਤੇ ਕੰਮ ਤੇ ਜਾਣਾ ਵੀ ਨਹੀਂ ਪੈਸੇ ਕਮਾਉਣੇ ਦੇਖੋ ਤੁਹਾਡੀ ਮਰਜ਼ੀ ਹੈ ਮੈਂ ਨਹੀਂ ਫੋਰਸ ਕਰ ਰਿਹਾ ਸੋਮ ਪਰ ਮੈਂ ਕਹਿੰਦਾ ਸੁੱਤੇ ਰਹੋ ਪਰ ਸ਼ਨੀਵਾਰ ਟਾਈਮ ਤੇ ਜਾਗ ਪੈਣਾ ਜੀ 8:30 ਤੇ ਟੀਵੀ ਤੇ ਬਹਿ ਜਾਣਾ ਔਰ ਕਈ ਵਾਰੀ ਬੱਤੀ ਚਲੀ ਜਾਂਦੀ ਸਾਡੇ ਪੰਜਾਬ ਵਿੱਚ ਲਾਈਟ ਵੀ ਪਹੁੰਚ ਨਹੀਂ ਜਨਰੇਟਰ ਪਹਿਲਾਂ ਅਰੇਂਜ ਕਰਕੇ ਰੱਖੇ ਬਿਲਕੁਲ ਠੀਕ ਹੈ ਸੈਟਰਡੇ ਸੰਡੇ ਦੇਖ ਕੇ ਫਿਰ ਭਾਵੇਂ ਸਾਡੇ ਰਾਤ ਨੂੰ ਫੇਰ ਸੌਣ ਕੋਈ ਕੋਈ ਮਤਲਬ ਨਹੀਂ ਜੀ ਇਹ ਜੀ ਬੜਾ ਇੱਕ ਫੈਮਿਲੀ ਓਰੀਐਂਟਡ ਹਿਊਮਰ ਤੁਹਾਨੂੰ ਮਿਲੇਗਾ ਜਿੱਦਾਂ ਮੈਂ ਦੱਸਿਆ ਤੁਹਾਨੂੰ ਪਹਿਲਾਂ ਨਹੀਂ ਔਰ ਇਹਦੇ ਵਿੱਚ ਤੁਸੀਂ ਟ੍ਰੇਲਰ 'ਚ ਦੇਖਿਆ ਹੋਣਾ ਕਿ ਕਪਿਲ ਸ਼ਰਮਾ ਜੀ ਸਾਰੇ ਨੂੰ ਗ੍ਰਿਲ ਕਰਦੇ ਆ ਜੀ ਇਹਦੇ ਚ ਅਸੀਂ ਥੋੜਾ ਸੀਖਾਂ ਤੇ ਚੜਿਆ ਹੋਇਆ ਹਾਂ ਜੀ ਤੇ ਮਨਨ ਹੀ ਇਜ਼ ਥੋਰਾ ਜੈਂਟਲ ਬੜਾ ਪਿਆਰਾ ਦੋਸਤ ਹੈ ਸਾਡਾ ਬਹੁਤ ਖੁੱਲ ਕੇ ਗੱਲਾਂ ਹੋਈਆਂ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਨਹੀਂ ਵੀ ਪਤਾ ਕਪਿਲ ਦੀ ਪਰਸਨਲ ਲਾਈਫ ਬਾਰੇ ਦੀ ਉਹ ਵੀ ਉਹਦੇ ਛੁਈਆਂ ਨੇ ਔਰ ਹੱਸਾ ਬਹੁਤ ਜੀ ਔਰ ਭਾਰਤੀ ਸਿੰਘ ਨੂੰ ਅਸੀਂ ਇੰਟਰਵਿਊ ਕੀਤਾ ਉਹਨੇ ਜ਼ਿੰਦਗੀ ਦੀਆਂ ਜਿਹੜੀਆਂ ਮੈਂ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਉਹਨੇ ਆਪਣੀ ਜ਼ਿੰਦਗੀ ਦੇ ਤਲਖ ਸਮੇ ਜਿਹੜੇ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਮਜਬੂਰੀਆਂ ਸੰਧੀਆਂ ਕੀਤੀਆਂ ਨੇ ਫਿਰ ਸਰਦੂਸ ਕੇ ਅੰਦਰ ਬਾਜੀ ਅਮਰ ਨੂਰੀ ਜੀ ਜਸੀਵੀ ਗੁਰੂ ਰੰਧਾਵਾ ਤੇ ਜੱਸੀ ਹਨਾ ਤੋਂ ਬੜੇ ਬੜੇ ਕਮਾਂਡ ਬਹੁਤ ਕੁਝ ਹੋਣ ਵਾਲੀ ਜਾਣਨ ਦਾ ਵੀ ਮੌਕਾ ਮਿਲੇਗਾ ਤੇ ਨਾਲ ਦੀ ਨਾਲ ਕਾਮੇਡੀ ਵੀ ਬਿਲਕੁਲ ਸੇਮ ਟਾਈਮ ਸਾਡੇ ਕੋਲ ਬੜੇ ਪੰਜਾਬ ਦੇ ਇਸ ਵੇਲੇ ਦੇ ਤਿੱਖੇ ਕਮੀਡੀਅਨ ਜਸਵੰਤ ਰਠੌਰ ਜੀ ਸੰਜੀਵ ਅਤਰੀ ਜਤਿੰਦਰ ਸੂਰੀ ਕੁਲਵੀਰ ਸਾਰਿਆਂ ਦਾ ਇੱਕ ਬੰਚ ਹੈ ਜਿਹੜਾ ਤੁਹਾਨੂੰ ਵਿੱਚ ਵਿੱਚ ਆਪਣੇ ਗੈਗਸ ਦੇ ਨਾਲ ਹਾਸਾ ਸਾਕੇ ਲੋਟ ਪਟ ਕਰਦਾ ਰਹੇ ਬਿਲਕੁਲ ਤੇ ਥਿੰਕ ਅੱਜਕਲ ਦੇ ਟਾਈਮ ਵਿੱਚ ਹੇਟ ਰੇਡ ਬਹੁਤ ਜ਼ਿਆਦਾ ਹੈ ਲੋਕਾਂ ਨੂੰ ਮੌਕਾ ਚਾਹੀਦਾ ਕਿ ਮੋਰਚੇ ਕੱਢੋ ਇਹ ਕਿਉਂ ਨਹੀਂ ਸਾਰੇ ਇਕੱਠੇ ਹੋ ਕੇ ਇਹ ਇੱਥੇ ਧਰਨਾ ਦੇ ਦਿਓ ਧਰਨਾ ਦੇ ਦਿਓ ਇੱਥੇ ਪੱਥਰ ਮਾਰੋ ਹੇਟਰੀਡ ਸਟ्रेस ਡਿਪਰੈਸ਼ਨ ਨੇ ਸਾਡੀ ਦੁਨੀਆ ਨੂੰ ਜਕੜ ਲਿਆ ਆਈ ਥਿੰਕ ਅੱਜਕਲ ਦੇ ਟਾਈਮ ਜਿਨਨੇ ਹਾਸੇ ਹੋਣ ਉਹਨੇ ਘਟ ਤੇ ਅਸੀਂ ਹਾਸਿਆਂ ਨੂੰ ਕੰਟ੍ਰਿਬਿਊਟ ਕਰ ਰਹੇ ਹਾਂ ਉਹਨੇ ਉਹ ਜਿਹੜੇ ਹਾਸੇ ਮੈਂ ਲੋਕਾਂ ਨੂੰ ਕਹਿੰਦੀ ਆ ਕਿ ਜਦ ਮੈਂ ਕੋਈ ਜਿਹਦੇ ਨਾਲ ਸ਼ੋਅ ਚ ਹੁੰਦੀ ਆ ਤੇ ਮੈਂ ਭੁੱਲ ਜਾਂਦੀ ਆ ਕਿ ਮੈਂ ਉੱਥੇ ਕੈਰੈਕਟਰ ਆ ਮੈਂ ਤਾਂ ਆਪ ਆਡੀਅנס ਬਣ ਕੇ ਹੱਸਣ ਲੱਗ ਪੈਂਦੀ ਆ ਇਹਨਾਂ ਦੇ ਸਕ੍ਰਿਪਟ ਤੇ ਤੇ ਉਹ ਸੋਚੋ ਕਿ ਕਿੰਨੀ ਕਿੰਨਾ ਵਧੀਆ ਹੋਏਗਾ ਕਿ ਉਹ ਕਾਮੇਡੀ ਕਿ ਜਿਹੜਾ ਬੰਦਾ ਆਪ ਕਰ ਰਿਹਾ ਉਹਨੂੰ ਆਪ ਹੀ ਹੱਸਿਆ ਆ ਰਾਂ ਦੇ ਕਰਦੇ ਹੋਏ ਤੇ ਸੁਣਨ ਵਾਲੇ ਨੂੰ ਤਾਂ ਹੱਸਦੇ ਆਣੀ ਹਾਨੇ ਤੇ ਅਸੀਂ ਇਹ ਕੋਸ਼ਿਸ਼ ਕੀਤੀ ਐ ਇੱਕ ਓਨੈਸਟ ਕੋਸ਼ਿਸ਼ ਕੀਤੀ ਐ ਜੇ ਤੁਸੀਂ ਦੇਖੋਗੇ ਪੰਜਾਬੀ ਜਦੋਂ ਇਹਨਾਂ ਦੀ ਬੀਟੀ ਦਾ ਨਾਮ ਹੈ ਨਾ ਸ਼ਨਾਇਆ ਬੜਾ ਪਿਆਰਾ ਨਾਮ ਹੈ ਤੇ ਹੁਣ ਇਹਨਾਂ ਨੇ ਗਾਂ ਪਰਮਾਤਮਾ ਨੇ ਜਦੋਂ ਕਿਰਪਾ ਕੀਤੀ ਜਦੋਂ ਮੈਂ ਕਿਹਾ ਬੇਟਾ ਹੋਇਆ ਤਾਂ ਉਹਦਾ ਨਾਮ ਹਾਸਾ ਰੱਖਿਆ ਕਹਿੰਦੇ ਕਿ ਮੈਂ ਕਿ ਜ਼ਿੰਦਗੀ 'ਚ ਹਾਸਾ ਹੋਣਾ ਚਾਹੀਦਾ ਹਾਸਾ ਹੋਣਾ ਚਾਹੀਦਾ ਜ਼ਿੰਦਗੀ 'ਚ ਜੀ ਬਿਲਕੁਲ ਸੋ ਅੱਜ ਜਿਹੜੀ ਤੁਸੀਂ ਇੰਡਸਟਰੀ ਵੀ ਦੇਖੋ ਬਾਲੀਵੁੱਡ ਵਿੱਚ ਵੀ ਪੰਜਾਬੀਆਂ ਦਾ ਇੰਨਾ ਜ਼ੋਰ ਹੈ ਫਟ ਭਾਵੇਂ ਪੰਜਾਬੀ 뮤직 ਹੋਏ ਪੰਜਾਬੀ ਕਲਚਰ ਹੋਏ ਸਾਰੇ ਫੈਨ ਹੈਗੇ ਕਾਮੇਡੀ ਮੈਕਸਿਮਮ ਦੇਖੋ ਤੁਸੀਂ ਪੰਜਾਬੀ ਕਰਦੇ ਪਏ ਨੇ ਜਿਹੜੇ ਤੁਸੀਂ ਹਿੰਦੀ ਚੈਨਲਸ ਵੀ ਲਗਾਓ ਮੈਕਸਿਮਮ ਪੰਜਾਬੀ ਮੈਕਸਿਮਮ ਕਾਮੇਡੀ ਇਸ ਡਨ ਬਾਈ ਪੰਜਾਬੀ ਤੇ ਅਸੀਂ ਹੁਣ ਆਪਣੇ ਲਈ ਕਿਉਂ ਨਾ ਕਰੀਏ ਅਸੀਂ ਬਾਲੀਵੁੱਡ ਨੂੰ ਇਨਾ ਕੰਟ੍ਰਿਬਿਊਟ ਕੀਤਾ ਹੁਣ ਟਾਈਮ ਹੈ ਅਸੀਂ ਆਪਣੇ ਪੰਜਾਬੀ ਐਂਟਰਟੇਨਮੈਂਟ ਪੰਜਾਬੀ ਸਿਨੇਮਾ ਨੂੰ ਸਪੋਰਟ ਕਰੀਏ ਆਪਣੇ ਪੰਜਾਬੀ ਚੈਨਲਸ ਨੂੰ ਟੀਆਰਪੀ ਦਿਲਾਈਏ ਕਿਉਂਕਿ ਇਹ ਸਾਰਾ ਇੱਕ ਜਿਹੜਾ ਟੈਲੈਂਟ ਹੈ ਕਿੱਥੇ ਦਾ ਹੈ ਪੰਜਾਬ ਦਾ ਹੈ ਸਾਡਾ ਆਪਣਾ ਟੈਲੈਂਟ ਹੈ ਤੇ ਸਾਨੂੰ ਆਪਣੇ ਟੈਲੈਂਟ ਨੂੰ ਪਹਿਲਾਂ ਪ੍ਰੋਮੋਟ ਕਰਨਾ ਚਾਹੀਦਾ ਹੈ ਆਪਣੀ ਮਾਂ ਬੋਲੀ ਨੂੰ ਆਪਣੇ ਐਂਟਰਟੇਨਮੈਂਟ ਚੈਨਲਸ ਨੂੰ ਪ੍ਰੋਮੋਟ ਕਰਨਾ ਚਾਹੀਦਾ ਹੈ ਕਿਉਂਕਿ ਸ਼ੁਰੂਆਤ ਇੱਥੋਂ ਹੀ ਹੋਈ ਹੈ ਯੂ نو ਸੋ ਉਹ ਨਹੀਂ ਪੁੱਛਣਾ ਚਾਹੀਦਾ ਜਿੰਨੇ ਵੀ ਸਾਡੇ ਆਰਟਿਸਟ ਬਾਲੀਵੁੱਡ ਉਹਨਾਂ ਨੂੰ ਜਦ ਪਤਾ ਲੱਗਦਾ ਹੈ ਕਿ ਸਾਡੇ ਇੱਥੇ ਇੱਕ ਸ਼ੋਅ ਹੋ ਰਿਹਾ ਹੈ ਬੰਬੇ ਸੈਟਲ ਆਈ ਥਿੰਕ ਕੁਗੀਜਲੀ ਸਭ ਤੋਂ ਟੱਪ ਹੋਣਾਦਾ ਕਿਉਂਕਿ ਉਹ ਪੰਜਾਬ ਤੋਂ ਬੰਬੇ ਅਪ ਡਾਊਨ ਕਰਦੇ ਹੈ ਯੂ نو ਏਵਰੀ ਟਾਈਮ ਸ਼ੋ ਦੀ ਸ਼ੂਟਿੰਗ ਲਈ ਪਰ ਅਸੀਂ ਤਾਂ ਹੀ ਕਰਕੇ ਬੰਬੇ ਜਿੰਨੇ ਵੀ ਪੰਜਾਬੀ ਆਰਟਿਸਟ ਅੱਜ ਬਾਲੀਵੁੱਡ ਵਿੱਚ ਇੰਨਾ ਕੰਟ੍ਰਿਬਿਊਟ ਕਰਦੇ ਪਏ ਨੇ ਉਹ ਸਾਡੇ ਸ਼ੋਅ ਤੇ ਆ ਕੇ ਲੋਕਾਂ ਨੂੰ ਆਪਣੀ ਲਾਈਫ ਬਾਰੇ ਦੱਸਣ ਤੇ ਉਹਨਾਂ ਨੂੰ ਵੀ ਬਹੁਤ ਚੰਗਾ ਲੱਗਦਾ ਕਿ ਆਪਣੀ ਪੰਜਾਬੀ ਬੋਲੀ ਆਪਣੀ ਮਾਂ ਬੋਲੀ ਨਾਲ ਲਾ ਕੇ ਉਹ ਇਸ ਸ਼ੋਅ ਤੇ ਆਪਣੇ ਆਪ ਨੂੰ ਪ੍ਰੋਮੋਟ ਕਰ ਰਹੇ ਜੀ ਬਿਲਕੁਲ ਬਹੁਤ ਜ਼ਿਆਦਾ ਐਕਸਾਈਟਡ ਆ ਤੁਹਾਡਾ ਸ਼ੋਅ ਦੇਖਣ ਵਾਸਤੇ ਤੇ ਪਹਿਲਾਂ ਤਾਂ ਬਹੁਤ ਜ਼ਿਆਦਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਕਿਉਂਕਿ ਬਿਲਕੁਲ ਜਿਹੜਾ ਤਣਾਸ ਸਟ੍ਰੈਸ ਸਭ ਕੁਝ ਭੁੱਲ ਗਏ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੋ ਤੁਹਾਡੇ ਸ਼ੋਅ ਦਾ ਕਨਸੈਪਟ ਵੀ ਹੈ ਤੇ ਬਹੁਤ ਜ਼ਿੰਦਾ ਦਿਲ ਇਨਸਾਨ ਹੋ ਤੁਸੀਂ ਦੋਹੇ ਇਹ ਤੇ ਮਤਲਬ ਪਤਾ ਵੀ ਹੈ ਤੇ ਮੈਂ ਫੇਰ ਦੁਬਾਰਾ ਦੱਸ ਰਹੀ ਹਾਂ ਸਾਨੂੰ ਸਾਨੂੰ ਵੀ ਪਤਾ ਲੱਗਿਆ ਨਾ ਤੁਹਾਨੂੰ ਤਾਂ ਪਤਾ ਹੀ ਸੀਗਾ ਤੁਹਾਨੂੰ ਵੀ ਪਤਾ ਲੱਗਿਆ ਜੂਮ। ਸੋ ਇਸੇ ਤਰ੍ਹਾਂ ਅਗਲੀ ਵਾਰ ਫਿਰ ਤੋਂ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਅੱਜ ਲਈ ਇਨਾ ਹੀ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਅਜੀਤ ਪਬ ਟੈਵੀ। ਧੰਨਵਾਦ।